ਸੋ ਸਭ ਤੋਂ ਪਹਿਲਾਂ ਇਹ ਦੱਸੋ ਸਾਰੇ ਠੀਕ ਹੋ ਤੁਸੀਂ? ਚਲੋ ਬਹੁਤ ਅੱਛੀ ਗੱਲ ਹੈ, ਔਰ ਅਸੀਂ ਹਮੇਸ਼ਾ ਦੱਸੀ ਤਾਂ ਜਦੋਂ ਕਹੋ ਨਾ ਪੁੱਛੋ ਕਿ ਠੀਕ ਹੋ ਤੁਸੀਂ, ਇਹਨਾਂ ਨਾ ਕਿਹਾ ਕਰੋ ਮੈਂ ਠੀਕ ਹਾਂ। ਕਿਉਂਕਿ ਜਿਹੜਾ ਬੰਦਾ ਕਹਿੰਦਾ ਮੈਂ ਠੀਕ ਹਾਂ, ਉਹ ਵੀ ਠੀਕ ਹੀ ਰਹਿੰਦਾ ਹੈ। ਹੁਣ ਕਈ ਬੰਦੇ ਕਹਿੰਦੇ ਆ ਹੈ ਨਹੀਂ ਠੀਕ, ਇਸ ਲਈ ਅਸੀਂ ਕਈ ਵਾਰ ਦੱਸੀਦਾ ਕਿ ਜਿਹੜਾ ਬੰਦਾ ਕਹਿੰਦਾ ਹੈ ਨਹੀਂ ਠੀਕ, ਉਹਨੂੰ ਤੁਸੀਂ ਜਦੋਂ ਮਰਜ਼ੀ ਪੁੱਛੋ, 6 ਮਹੀਨੇ ਬਾਅਦ, ਸਾਲ ਬਾਅਦ, ਉਹਦੇ ਹਾਲਾਤ ਮਾੜੇ ਹੀ ਹੋਣੇ। ਪਰ ਜਿਹੜਾ ਬੰਦਾ ਕਹਿੰਦਾ ਠੀਕ, ਉਹ ਠੀਕ ਠੀਕ ਹੀ ਰਹਿੰਦਾ ਹੈ, ਉੱਥੇ ਹੀ ਰਹਿੰਦਾ, ਨਾ ਅੱਗੇ ਨਾ ਪਿੱਛੇ। ਤਾਂ ਜਿਹੜਾ ਬੰਦਾ ਕਹਿੰਦਾ ਬਹੁਤ ਕਿਰਪਾ ਮਾਲਕ ਦੀ, ਬਹੁਤ ਰਹਿਮਤ ਹੈ, ਉਹ ਬੰਦਾ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹਿੰਦਾ ਹੈ, ਤਰੱਕੀ ਕਰਦਾ ਹੈ ਅੱਗੇ। ਕਿਉਂਕਿ ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਮੇਰੇ 'ਤੇ ਬਹੁਤ ਰਹਿਮਤ ਹੈ, ਬਹੁਤ ਕਿਰਪਾ ਹੈ, ਤਾਂ ਫਿਰ ਬਹੁਤ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਉਹਦੀ ਕਿਰਪਾ ਸਾਡੀ ਸੋਚ ਦੇ ਨਾਲ ਜੁੜੀ ਹੈ। ਸੋਚ ਦਾ ਮਤਲਬ ਅਸੀਂ ਸੋਚ ਲਿਆ ਕਿ ਮੇਰੇ ਨਾਲ ਹੈ ਮੇਰਾ ਮਾਲਿਕ, ਮੇਰਾ ਪਰਮਾਤਮਾ, ਤਾਂ ਉਦੋਂ ਤੋਂ ਹੀ ਉਹ ਸਾਡੇ ਨਾਲ ਹੈ। ਤਾਂ ਜੇ ਅਸੀਂ ਸੋਚ ਲਿਆ ਹੈ ਨਹੀਂ ਰੱਬ, ਹੈ ਨਹੀਂ ਕਿਰਪਾ, ਤਾਂ ਫਿਰ ਬੰਦਾ ਇਕੱਲਾ ਹੀ ਰਹਿ ਜਾਂਦਾ ਹੈ। ਇਸ ਲਈ ਜਦੋਂ ਕੋਈ ਵੀ ਤੁਹਾਨੂੰ ਪੁੱਛੇ ਕਿੱਦਾਂ ਉਹ ਠੀਕ ਹੋ, ਤਾਂ ਤੁਸੀਂ ਇਹੀ ਕਹਿਣਾ ਬਹੁਤ ਕਿਰਪਾ ਉਸ ਪਰਮਾਤਮਾ ਦੀ, ਬਹੁਤ ਕਿਰਪਾ ਉਸ ਮਾਲਿਕ ਦੀ, ਬਹੁਤ ਕਿਰਪਾ ਹੈ, ਮੈਂ ਖੁਸ਼ ਹਾਂ, ਮੈਂ ਠੀਕ ਹਾਂ। ਕਿਉਂਕਿ ਇੰਨਾ ਕਹਿਣ ਦੇ ਨਾਲ ਹੀ ਸਾਡੇ ਅੰਦਰ ਇੱਕ ਵਿਸ਼ਵਾਸ ਵੀ ਹੋ ਜਾਂਦਾ ਕਿ ਮੇਰੇ 'ਤੇ ਰਹਿਮਤ ਹੈ। ਤਾਂ ਜਦੋਂ ਸਾਡੇ ਅੰਦਰ ਵਿਸ਼ਵਾਸ ਹੋ ਗਿਆ ਤਾਂ ਉਹਦੀ ਰਹਿਮਤ ਵੀ ਹੋਣੀ ਸ਼ੁਰੂ ਹੋ ਜਾਂਦੀ। ਇਸ ਲਈ ਇੱਕ ਵਾਰ ਫਿਰ ਪੁੱਛਾਂਗੇ ਕਿੱਦਾਂ ਠੀਕ ਹੋ ਤੁਸੀਂ? ਬਹੁਤ ਕਿਰਪਾ, ਬਹੁਤ ਅੱਛੀ ਗੱਲ ਹੈ। ਸੋ ਅੱਜ ਇਹ ਸਤਸੰਗ ਨੂੰ ਅੱਗੇ ਲੈ ਕੇ ਚੱਲੀਏ। ਉਸ ਤੋਂ ਪਹਿਲਾਂ ਅਸੀਂ ਇਸ ਪਰਿਵਾਰ ਨੂੰ ਔਰ ਉਹਨਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਆਰਗਨਾਈਜ਼ ਕਰਨ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਹੈ, ਔਰ ਬੜੀ ਖੁਸ਼ੀ ਦੇ ਨਾਲ ਅੱਜ ਅਸੀਂ ਇਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ, ਸਤਸੰਗ ਦਾ ਆਨੰਦ ਲੈ ਰਹੇ ਹਾਂ, ਇਸ ਪ੍ਰਭਾਤ ਫੇਰੀ ਦਾ ਆਨੰਦ ਲੈ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਉਸ ਪਰਿਵਾਰ ਨੂੰ ਔਰ ਉਹਨਾਂ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦੇਵਾਂਗੇ। ਕਿਉਂਕਿ ਇਸ ਪਰਿਵਾਰ ਦੇ ਔਰ ਉਹਨਾਂ ਮੈਂਬਰਾਂ ਦੇ ਉਪਰਾਲੇ ਦੇ ਨਾਲ ਹੀ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਇਹ ਆਨੰਦ ਲੈ ਰਹੇ ਹਾਂ। ਔਰ ਇਹ ਵੀ ਗੱਲ ਕਹਾਂਗੇ ਕਿ ਇਸ ਪਰਿਵਾਰ ਦੀ ਵਜ੍ਹਾ ਦੇ ਨਾਲ ਹੀ ਹਰ ਸਾਲ ਇੱਕ ਵਾਰ ਤਾਂ ਮੌਕਾ ਮਿਲ ਜਾਂਦਾ ਇਸ ਨਗਰ ਵਿੱਚ ਆਉਣ ਦਾ, ਤੁਹਾਨੂੰ ਸਾਰਿਆਂ ਨੂੰ ਮਿਲਣ ਦਾ, ਔਰ ਸਾਨੂੰ ਸਾਰਿਆਂ ਨੂੰ ਮੌਕਾ ਮਿਲ ਜਾਂਦਾ ਆਪਣੇ ਮਾਲਿਕ ਦਾ ਗੁਣਗਾਨ ਕਰਨ ਦਾ, ਉਹਦੀ ਯਾਦ ਵਿੱਚ ਬੈਠਣ ਦਾ। ਇਸ ਲਈ ਇਹ ਪਰਿਵਾਰ ਔਰ ਜਿੰਨੇ ਵੀ ਮੈਂਬਰ ਇਸ ਵਿੱਚ ਸਹਿਯੋਗ ਦਿੰਦੇ ਹੈ ਉਹ ਸਾਰੇ ਵਧਾਈ ਦੇ ਹੱਕਦਾਰ ਹੈ, ਔਰ ਵਧਾਈ ਦੇ ਨਾਲ ਨਾਲ ਇਸ ਚੀਜ਼ ਦੇ ਹੱਕਦਾਰ ਵੀ ਹੈ ਕਿ ਅਸੀਂ ਉਹਨਾਂ ਸਾਰੇ ਮੈਂਬਰਾਂ ਵਾਸਤੇ ਔਰ ਉਸ ਪਰਿਵਾਰ ਵਾਸਤੇ ਉਸ ਪਰਮਾਤਮਾ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਉਹਨਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਹੈ, ਉਸ ਪਰਿਵਾਰ ਨੂੰ ਜਿਸਨੇ ਸਾਰਾ ਉਪਰਾਲਾ ਕੀਤਾ ਹੈ, ਆਓ ਉਹਨਾਂ ਵਾਸਤੇ ਅਰਦਾਸ ਕਰੀਏ ਕਿ ਮਾਲਕ ਇਸ ਪਰਿਵਾਰ ਨੂੰ ਉਹਨਾਂ ਸਾਰੇ ਮੈਂਬਰਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ, ਖੁਸ਼ੀਆਂ ਰਹਿਮਤਾਂ ਵਰਕਤਾਂ ਨਾਲ ਉਹਨਾਂ ਨੂੰ ਭਰਪੂਰ ਰੱਖਣ, ਆਉਣ ਵਾਲਾ ਸਮਾਂ ਉਹਨਾਂ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ, ਔਰ ਇੰਨੀ ਕਿਰਪਾ ਪਰਮਾਤਮਾ ਉਹਨਾਂ 'ਤੇ ਕਰੇ ਕਿ ਜਿੱਦਾਂ ਅੱਜ ਉਹਨਾਂ ਨੇ ਇਹ ਆਨੰਦ ਦਾ ਮਾਹੌਲ ਬਣਾਇਆ ਹੈ, ਇਸੇ ਤਰ੍ਹਾਂ ਮਾਲਕ ਤਾਕਤ ਦੇਣ ਕਿ ਹਰ ਸਾਲ ਉਹ ਇਹ ਮੌਕਾ ਲੈਂਦੇ ਰਹਿਣ, ਤਾਂ ਸਾਨੂੰ ਸਾਰਿਆਂ ਨੂੰ ਵੀ ਆਨੰਦ ਵਿੱਚ ਬੈਠਣ ਦਾ, ਆਨੰਦ ਲੈਣ ਦਾ ਸਮਾਂ ਮਿਲਦਾ ਰਹੇ। ਇਹ ਸਾਰੀ ਸੰਗਤ ਰਲ ਕੇ ਅਰਦਾਸ ਕਰੋ ਉਸ ਮਾਲਕ ਦੇ ਚਰਨਾਂ 'ਚ, ਕਿਉਂਕਿ ਸੰਗਤ ਜਦੋਂ ਰਲ ਕੇ ਅਰਦਾਸ ਕਰਦੀ ਹੈ ਤਾਂ ਉਹਦਾ ਪ੍ਰਭਾਵ ਜ਼ਰੂਰ ਹੁੰਦਾ ਹੈ। ਕਿਉਂਕਿ ਇੱਕ ਗੱਲ ਇੱਥੇ ਤੁਹਾਨੂੰ ਕਹਿਣੀ ਚਾਹਾਂਗੇ ਕਿ ਜਿਹੜੇ ਜੀਵ ਵੀ ਸਤਸੰਗ ਕਰਵਾਉਣ ਵਿੱਚ ਸਹਿਯੋਗ ਦਿੰਦੇ ਹੈ ਜਾਂ ਜਿਹੜੇ ਵੀ ਜੀਵ ਸਤਸੰਗ ਕਰਵਾਉਂਦੇ ਹੈ, ਤਾਂ ਉਹ ਜੀਵ ਇਹ ਸਮਾਜ ਦਾ, ਇਹ ਸੰਸਾਰ ਦਾ ਬਹੁਤ ਭਲਾ ਕਰਦੇ ਹੈ। ਕਿਉਂਕਿ ਤੁਸੀਂ ਕਈ ਜਗ੍ਹਾ ਦੇਖਦੇ ਹੋ ਕਿ ਕਈ ਜਗ੍ਹਾ ਲੰਗਰ ਲੱਗਦੇ ਹੈ, ਕਈ ਜਗ੍ਹਾ ਛਪੀਲ ਲੱਗਦੀ ਹੈ। ਹੁਣ ਜਦੋਂ ਸਤਸੰਗ ਇਨਸਾਨ ਕਰਵਾਉਂਦਾ ਹੈ ਤਾਂ ਸਤਸੰਗ ਦੇ ਵਿੱਚ ਜਲ ਵੀ ਮਿਲ ਜਾਂਦਾ ਹੈ, ਸਤਸੰਗ ਦੇ ਵਿੱਚ ਭੋਜਨ ਵੀ ਮਿਲ ਜਾਂਦਾ ਹੈ, ਪਰ ਉਹਦੇ ਨਾਲ ਨਾਲ ਜੋ ਸਭ ਤੋਂ ਬੜੀ ਜ਼ਰੂਰਤ ਹੈ ਸਾਡੀ, ਉਹ ਪ੍ਰਮਾਤਮਾ ਦੇ ਘਰ ਦੇ ਗਿਆਨ ਦੀ, ਸਹੀ ਦਿਸ਼ਾ ਦੀ, ਸਹੀ ਸੋਚ ਦੀ, ਉਹ ਸਹੀ ਸੋਚ, ਸਹੀ ਸਮਝ ਵੀ ਸਾਨੂੰ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਜਦੋਂ ਕੋਈ ਸਤਸੰਗ ਕਰਵਾਉਂਦਾ ਹੈ ਤਾਂ ਉਹ ਬਹੁਤ ਬੜੀ ਨੇਕੀ ਖੱਟਦਾ ਹੈ, ਕਿਉਂਕਿ ਸਤਸੰਗ ਵਿੱਚ ਆਉਣ ਨਾਲ ਕੀ ਹੁੰਦਾ ਹੈ ਇਹ ਥੋੜ੍ਹਾ ਜਿਹਾ ਸਮਝ ਲਈਏ ਕਿ ਤੁਸੀਂ ਭੋਜਨ ਕਰਦੇ ਹੋ ਜਾਂ ਤੁਸੀਂ ਅੱਛੇ ਤੋਂ ਅੱਛਾ ਕੱਪੜਾ ਪਾਉਂਦੇ ਹੋ, ਤਾਂ ਤੁਹਾਨੂੰ ਇੱਕ ਸਵਾਲ ਪੁੱਛਾਂਗੇ, ਪੁੱਛ ਸਕਦੇ ਹਾਂ ਨਾ ਸਵਾਲ, ਤੁਹਾਨੂੰ ਜਵਾਬ ਦਊਂਗੇ ਕਿ ਨਹੀਂ? ਹੁਣ ਜਵਾਬ ਵੀ ਦੇਣਾ ਨਾਲ ਨਾਲ ਕਿ ਤੁਹਾਨੂੰ ਇੱਕ ਸਵਾਲ ਪੁੱਛਦੇ ਹਾਂ ਅਸੀਂ ਕਿ ਫਰਜ਼ ਕਰੋ ਤੁਸੀਂ ਕਿਸੇ ਜਗ੍ਹਾ ਭੋਜਨ ਖਾਧਾ, ਫਰਜ਼ ਕਰੋ ਛੋਲੇ ਪੂੜੀਆਂ ਖਾ ਲਈਆਂ, ਦਾਲ ਫੁਲਕਾ ਖਾ ਲਿਆ ਜਾਂ ਹੋਰ ਅੱਛੇ ਤੋਂ ਅੱਛਾ ਪਕਵਾਨ ਖਾ ਲਿਆ, ਤਾਂ ਕੀ ਭੋਜਨ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ? ਬਦਲ ਸਕਦਾ ਜ਼ਿੰਦਗੀ? ਜੇ ਅਸੀਂ ਕੀਮਤੀ ਤੋਂ ਕੀਮਤੀ ਕੱਪੜਾ ਪਾ ਲਿਆ, ਫਰਜ਼ ਕਰੋ ਬੰਦਾ ਕਹਿੰਦਾ ਉਹ ਦੁਕਾਨ ਦੇ ਉੱਪਰ 100 ਰੁਪਏ ਮੀਟਰ ਕੱਪੜਾ ਹੈ ਜਾਂ ਉਸ ਦੁਕਾਨ ਦੇ ਉੱਪਰ 500 ਰੁਪਏ ਮੀਟਰ ਕੱਪੜਾ ਹੈ ਜਾਂ ਉਹ ਕੱਪੜਾ 10,000 ਰੁਪਏ ਮੀਟਰ ਹੈ ਮੈਂ ਖਰੀਦ ਕੇ ਪਾ ਲਿਆ,
ਤਾਂ ਕੀ ਉਹ ਸਾਡੇ ਜੀਵਨ ਨੂੰ ਬਦਲ ਸਕਦਾ ਹੈ? ਜਵਾਬ ਚਾਹੀਦਾ ਸਰ। ਹੁਣ ਅੱਛੇ ਤੋਂ ਅੱਛਾ ਭੋਜਨ ਵੀ ਕਰ ਲਈਏ, ਉਹ ਸਾਡਾ ਜੀਵਨ ਨਹੀਂ ਬਦਲ ਸਕਦਾ। ਅੱਛੇ ਤੋਂ ਅੱਛਾ ਕੱਪੜਾ ਵੀ ਪਾ ਲਈਏ, ਸਾਡਾ ਜੀਵਨ ਨਹੀਂ ਬਦਲ ਸਕਦਾ। ਪਰ ਜਦੋਂ ਅਸੀਂ ਸੰਤਾਂ ਦੀ ਸੰਗਤ 'ਚ ਬਹਿ ਕੇ ਅੱਛੇ ਵਿਚਾਰ ਲੈਂਦੇ ਹਾਂ, ਤਾਂ ਅੱਛੇ ਵਿਚਾਰ ਆਉਣ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ। ਕਿਉਂਕਿ ਜੀਵਨ ਦੇ ਵਿੱਚ ਬਦਲਾਵ ਕਦੋਂ ਆਉਂਦਾ? ਜਦੋਂ ਸਾਡੀ ਸੋਚ ਬਦਲਦੀ ਹੈ, ਜਦੋਂ ਸਾਡੇ ਵਿਚਾਰ ਬਦਲਦੇ ਹੈ। ਕੱਪੜਾ ਪਾਉਣ ਦੇ ਨਾਲ ਵਿਚਾਰ ਨਹੀਂ ਬਦਲਦੇ। ਫਰਜ਼ ਕਰੋ, ਇੱਥੇ ਇੱਕ ਮਿਸਾਲ ਦੇਵਾਂਗੇ ਕਿ ਸ਼ਰਾਬੀ ਹੈ। ਹੁਣ ਇੱਕ ਸ਼ਰਾਬੀ ਨੇ ਸਧਾਰਨ ਪੈਂਟ ਕਮੀਜ਼ ਪਾਈ ਹੈ, ਜਿਹਦੀ ਕੀਮਤ 1500 ਰੁਪਇਆ ਜਾਂ 1000 ਰੁਪਇਆ ਹੈ। ਹੁਣ ਉਸ ਸ਼ਰਾਬੀ ਦੇ ਤੰਗ ਤੇ ਤੁਸੀਂ 10,000 ਦੀ ਪੈਂਟ ਕਮੀਜ਼ ਖਰੀਦ ਕੇ ਪਾ ਦਿਓ, ਤਾਂ ਕੀ ਉਹਦੀ ਹਾਲਤ ਬਦਲ ਜਾਏਗੀ? ਨਹੀਂ, ਉਹਨਾਂ ਫਿਰ ਵੀ ਸ਼ਰਾਬੀ ਰਹਿਣਾ ਹੈ। ਹੁਣ ਉਹਨੂੰ ਤੁਸੀਂ ਕਹੋ ਕਿ ਭਾਈ ਇਹ ਢਾਬੇ ਦਾ ਖਾਣਾ ਹੈ, ਇਹ ਢਾਬੇ ਦੀ ਦਾਲ ਹੈ ਜਿਹੜੀ ਕਿ 100-200 ਚ ਮਿਲ ਜਾਂਦੀ ਹੈ, ਪਰ ਹੁਣ ਤੈਨੂੰ 5-star ਦਾ ਖਿਲਾਉਂਦੇ ਆ ਜੋ ਕਿ 5,000 ਦਾ ਭੋਜਨ ਹੈ, ਤਾਂ ਕੀ 5,000 ਦਾ 5-star ਦਾ ਖਾਣਾ ਖਿਲਾ ਕੇ ਉਹਦੇ ਅੰਦਰ ਕੋਈ ਬਦਲਾਵ ਆ ਜਾਏਗਾ? ਨਹੀਂ। ਪਰ ਜਦੋਂ ਉਹੀ ਸ਼ਰਾਬੀ, ਉਹੀ ਇਨਸਾਨ ਜੋ ਬੁਰੀ ਸੋਚ ਵਾਲਾ ਹੈ, ਜਿਹਦਾ ਮਨ ਬੁਰੇ ਪਾਸੇ ਲੱਗਾ ਹੋਇਆ ਹੈ, ਜਦੋਂ ਉਹੀ ਇਨਸਾਨ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਸੰਤਾਂ ਦੇ ਵਚਨ ਸੁਣ ਲਵੇ, ਸੰਤਾਂ ਦੇ ਸ਼ਬਦ ਸੁਣ ਲਵੇ, ਔਰ ਉਹ ਸ਼ਬਦ ਦਾ ਅਸਰ ਉਹਦੇ ਸੋਚ ਤੇ ਹੋ ਜਾਵੇ, ਉਹਦੇ ਦਿਲ ਤੇ ਹੋ ਜਾਵੇ, ਤਾਂ ਸ਼ਰਾਬੀ ਸੋਚਦਾ ਅੱਜ ਤੋਂ ਮੈਂ ਸ਼ਰਾਬ ਨਹੀਂ ਪੀਣੀ, ਤਾਂ ਦੇਖੋ ਉਹਦਾ ਪੂਰਾ ਜੀਵਨ ਹੀ ਬਦਲ ਗਿਆ। ਸੋ ਸਤਸੰਗ ਦੇ ਵਿੱਚ ਆਉਣ ਦਾ, ਸੰਤਾਂ ਦੀ ਸੰਗਤ ਵਿੱਚ ਬੈਠਣ ਦਾ ਇਹ ਫਾਇਦਾ ਹੈ ਕਿ ਅਸੀਂ ਜਿੰਨੇ ਮਰਜ਼ੀ ਹੋਰ ਉਪਰਾਲੇ ਕਰੀ ਜਾਈਏ, ਕਿ ਬੰਦਾ ਕਹਿੰਦਾ ਮੈਂ ਕੱਪੜਾ ਕਰਾਂ, ਮੈਂ ਭੋਜਨ ਲਾਵਾਂ, ਤਾਂ ਉਹ ਸਾਨੂੰ ਸੰਤੁਸ਼ਟੀ ਜ਼ਰੂਰ ਦੇਗਾ ਕਿ ਮੈਂ ਪੇਟ ਭਰ ਕੇ ਖਾਣਾ ਖਾ ਲਿਆ। ਪਰ ਜਦੋਂ ਅਸੀਂ ਸੰਤਾਂ ਦੀ ਸੰਗਤ ਵਿੱਚ ਬੈਠਦੇ ਹਾਂ ਜਾਂ ਸਤਸੰਗ ਕਰਵਾਉਂਦੇ ਹਾਂ, ਤਾਂ ਇੱਕ ਸਤਸੰਗ ਵਿੱਚ ਜਦੋਂ ਸਾਨੂੰ ਅੱਛੇ ਵਿਚਾਰ ਮਿਲਦੇ ਹੈ, ਸਾਨੂੰ ਅੱਛੀ ਸੋਚ ਮਿਲਦੀ ਹੈ, ਤਾਂ ਸਾਡੀ ਉਹ ਅੱਛੇ ਵਿਚਾਰ, ਸਾਡੇ ਉਹ ਅੱਛੀ ਸੋਚ ਸਾਡਾ ਪੂਰਾ ਜੀਵਨ ਹੀ ਬਦਲ ਕੇ ਰੱਖ ਦਿੰਦੀ ਹੈ। ਇਸ ਲਈ ਸਤਸੰਗ ਦੇ ਵਿੱਚ ਆ ਕੇ ਕਈਆਂ ਦੀ ਜ਼ਿੰਦਗੀ, ਕਈਆਂ ਦੇ ਜੀਵਨ ਬਦਲ ਗਏ। ਜਿਹੜਾ ਇੱਥੇ ਇੱਕ ਹੋਰ ਸਵਾਲ ਤੁਹਾਨੂੰ ਪੁੱਛਾਂਗੇ, ਤੁਸੀਂ ਇਹ ਨਾ ਸੋਚੋ ਅੱਜ ਮਾਲਕ ਸਵਾਲ ਹੀ ਪੁੱਛੀ ਜਾਂਦੇ, ਕਿਉਂਕਿ ਸਵਾਲ ਵੀ ਕਰਨੇ ਪੈਂਦੇ ਹੈ। ਹੁਣ ਤੁਹਾਨੂੰ ਇਹ ਸਵਾਲ ਪੁੱਛਾਂਗੇ ਕਿ ਇੱਕ ਹੁਣ ਜਿੰਨੇ ਵੀ ਜੀਵ ਤੁਸੀਂ ਬੈਠੇ ਹੋ ਜਿਹੜੇ ਦਰਬਾਰ ਨਾਲ ਜੁੜੇ ਹੋਏ ਹੈ, ਜ਼ਰਾ ਹੁਣ ਇਹ ਸਵਾਲ ਅਸੀਂ ਕਿਉਂ ਪੁੱਛ ਰਹੇ ਹਾਂ? ਤਾਂ ਕਿ ਪਤਾ ਲੱਗ ਜਾਵੇ ਕਿ ਸਤਸੰਗ ਵਿੱਚ ਆਉਣ ਨਾਲ ਜੀਵਨ 'ਚ ਬਦਲਾਵ ਕਿੱਦਾਂ ਆਉਂਦਾ ਹੈ। ਹੁਣ ਤੁਸੀਂ ਆਪ ਸੋਚ ਕੇ ਦੱਸਿਓ ਕਿ ਬਹੁਤ ਜੀਵ ਐਸੇ ਹੋਣਗੇ ਜਿਹੜੇ ਦਰਬਾਰ ਨਾਲ ਜੁੜਨ ਤੋਂ ਪਹਿਲਾਂ ਨਸ਼ਾ ਕਰਦੇ ਸੀ, ਚਾਹੇ ਸ਼ਰਾਬ ਦਾ ਨਸ਼ਾ ਸੀ, ਚਾਹੇ ਕਿਸੇ ਪ੍ਰਕਾਰ ਦਾ ਵੀ ਨਸ਼ਾ ਸੀ, ਜਾਂ ਦਰਬਾਰ ਨਾਲ ਜੁੜਨ ਤੋਂ ਪਹਿਲਾਂ ਕਈ ਕਮੀਆਂ ਸੀ, ਪਰ ਜਿੱਦਾਂ ਹੀ ਉਹਨਾਂ ਨੇ ਸਤਸੰਗ ਵਿੱਚ ਆਪਣੇ ਮਨ ਨੂੰ ਜੋੜਿਆ, ਸਤਸੰਗ ਨਾਲ ਜੁੜੇ, ਤਾਂ ਉਹਨਾਂ ਦੇ ਜੀਵਨ 'ਚ ਬਦਲਾਵ ਆ ਗਿਆ ਕਿ ਉਹਨੇ ਨਸ਼ੇ ਛੱਡ ਦਿੱਤੇ, ਜਾਂ ਉਹਨਾਂ ਨੇ ਉਹ ਬੁਰਾਈਆਂ ਛੱਡ ਦਿੱਤੀਆਂ ਜਿਹੜੀਆਂ ਉਹਨਾਂ ਦੇ ਜੀਵਨ 'ਚ ਬੁਰਾਈਆਂ ਸੀ। ਅੱਛਾ, ਕਿਹੜਾ ਕਿਹੜਾ ਜੀਵ ਆ ਜਿਹਦੇ ਅੰਦਰ ਬਦਲਾਵ ਆਇਆ ਹੋਵੇ? ਹੱਥ ਖੜਾ ਕਰਕੇ ਦੱਸੋ ਸਰ। ਹੁਣ ਦੇਖੋ, ਹੁਣ ਜੇ ਇੱਕ ਇਨਸਾਨ ਕਹਿੰਦਾ ਮੈਂ 7 ਸਾਲ ਤੋਂ ਸਤਸੰਗ ਨਾਲ ਜੁੜਿਆ ਹੈ, ਮੈਂ 10 ਸਾਲ ਤੋਂ ਸਤਸੰਗ ਨਾਲ ਜੁੜਿਆ ਹਾਂ, ਜਾਂ ਮੈਂ 2 ਸਾਲ ਤੋਂ ਸਤਸੰਗ ਨਾਲ ਜੁੜਿਆ ਹੈ, ਤਾਂ ਬੰਦਾ ਆਪ ਸੋਚ ਲਵੇ ਕਿ ਰੋਟੀ ਤਾਂ ਮੈਂ ਬਚਪਨ ਤੋਂ ਖਾ ਰਿਹਾ ਹੈ, ਰੋਟੀ ਨੇ ਮੇਰਾ ਜੀਵਨ ਨਹੀਂ ਬਦਲਿਆ, ਕੱਪੜਾ ਤਾਂ ਮੈਂ ਬਚਪਨ ਤੋਂ ਪਾ ਰਿਹਾ ਹੈ, ਕੱਪੜੇ ਨੇ ਮੇਰਾ ਜੀਵਨ ਨਹੀਂ ਬਦਲਿਆ, ਮਹਿਲਾਂ ਵਿੱਚ ਯਾਨੀ ਘਰਾਂ ਵਿੱਚ ਤਾਂ ਮੈਂ ਬਚਪਨ ਤੋਂ ਰਹਿ ਰਿਹਾ ਹੈ, ਘਰਾਂ ਨਾਲ ਮੇਰਾ ਜੀਵਨ ਨਹੀਂ ਬਦਲਿਆ, ਜਾਂ ਹੋਰ ਦੁਨਿਆਵੀ ਪਦਾਰਥ ਉਹ ਤਾਂ ਮੈਂ ਬਚਪਨ ਤੋਂ ਇਸਤੇਮਾਲ ਕਰ ਰਿਹਾ ਹਾਂ, ਉਹਨਾਂ ਪਦਾਰਥਾਂ ਨੇ ਮੇਰਾ ਜੀਵਨ ਨਹੀਂ ਬਦਲਿਆ, ਪਰ ਜਦੋਂ ਮੈਂ ਸਤਸੰਗ ਨਾਲ ਜੁੜਿਆ, ਸੰਤਾਂ ਦੀ ਸੋਚ ਨਾਲ ਜੁੜਿਆ, ਉਹਨਾਂ ਦੇ ਗਿਆਨ ਨਾਲ ਜੁੜਿਆ, ਤਾਂ ਫਿਰ ਮੇਰਾ ਜੀਵਨ ਬਦਲ ਗਿਆ, ਫਿਰ ਮੇਰੇ ਜੀਵਨ 'ਚ ਬਦਲਾਵ ਆਇਆ। ਇਹ ਫਾਇਦਾ ਹੁੰਦਾ ਹੈ ਸੰਤਾਂ ਦੀ ਸੰਗਤ ਵਿੱਚ ਬੈਠਣ ਦਾ, ਇਹ ਫਾਇਦਾ ਹੁੰਦਾ ਹੈ ਸੰਤਾਂ ਦੇ ਬਚਨ ਸੁਣਨ ਦਾ, ਕਿਉਂਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਸੰਤਾਂ ਦੇ ਕਿਸ ਬਚਨ ਨੇ ਸਾਡੇ ਜੀਵਨ ਨੂੰ ਬਦਲ ਕੇ ਰੱਖ ਦੇਣਾ ਹੈ। ਕਿਉਂਕਿ ਗੱਲ ਤਾਂ ਸਾਰੀ ਸੋਚ ਦੀ ਹੈ ਨਾ। ਇੱਕ ਬਹੁਤ ਵੱਡੇ ਲੇਖਕ ਹੋਏ ਆ ਕਾਰਨੇਗੀ, ਜਰਾ ਧਿਆਨ ਦੇਣਾ, ਕਾਰਨੇਗੀ ਨੇ ਆਪਣੀ ਕਿਤਾਬ ਦੇ ਵਿੱਚ ਬੜੀ ਪਿਆਰੀ ਗੱਲ ਲਿਖੀ ਹੈ ਕਿ ਉਹ ਉਦਾਹਰਨ ਦੇ ਕੇ ਦੱਸਦੇ ਹੈ ਕਿ ਉਹਨਾਂ ਨੂੰ ਇੱਕ ਵਾਰ ਬ੍ਰਿਟਿਸ਼ ਯਾਨੀ ਇੰਗਲੈਂਡ ਦੇ ਵਿੱਚ ਇੱਕ ਮਨੋਚਿਕਿਤਸਕ, ਇੱਕ ਡਾਕਟਰ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਮਨੋਚਿਕਿਤਸਕ ਸੀ, ਜਿਹੜਾ ਮਨ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਸੀ, ਜਿਹਦਾ ਬੰਦੇ ਨੂੰ ਨੀਂਦ ਨਹੀਂ ਆਉਂਦੀ ਜਾਂ ਬੰਦਾ ਮੈਂਟਲੀ ਤੌਰ ਤੇ ਪਰੇਸ਼ਾਨ ਹੈ। ਤਾਂ ਕਹਿੰਦੇ ਜਦੋਂ ਡਾਕਟਰ ਨਾਲ ਮੈਂ ਮਿਲਿਆ ਤਾਂ ਉਹ ਡਾਕਟਰ ਨੇ ਮੈਨੂੰ ਇੱਕ ਗੱਲ ਦੱਸੀ ਜਿਹੜੀ ਕਿ ਉਹਨੇ ਆਪਣੀ ਕਿਤਾਬ 'ਚ ਲਿਖੀ ਹੈ, ਤੁਹਾਨੂੰ ਵੀ ਦੱਸਣਾ ਚਾਹਾਂਗੇ। ਉਹ ਕਹਿੰਦੇ ਉਹ ਡਾਕਟਰ ਨੇ ਦੱਸਿਆ, ਮਨੋਚਿਕਿਤਸਕ ਨੇ ਦੱਸਿਆ ਕਿ ਬੰਦੇ ਦੇ ਜੀਵਨ ਤੇ ਬੰਦੇ ਦੀ ਸੋਚ ਦਾ ਬਹੁਤ ਅਸਰ ਪੈਂਦਾ ਹੈ। ਕਹਿੰਦਾ ਮੈਂ ਕਈ ਮਰੀਜ਼ਾਂ ਤੇ ਉਹ ਡਾਕਟਰ ਨੇ ਦੱਸਿਆ ਐਕਸਪੈਰੀਮੈਂਟ ਕੀਤਾ, ਕਈ ਮਰੀਜ਼ਾਂ ਤੇ ਐਕਸਪੈਰੀਮੈਂਟ ਕੀਤਾ ਜਿਨ੍ਹਾਂ ਦੀ ਹਾਈਟ 6 ਫੁੱਟ ਤੋਂ ਉੱਚੀ ਸੀ, ਯਾਨੀ 6 ਫੁੱਟ ਉੱਚੇ ਲੰਬੇ ਔਰ ਸਰੀਰਕ ਤੌਰ ਤੇ ਚੰਗੇ ਤੰਦਰੁਸਤ। ਕਹਿੰਦਾ ਮੈਂ ਉਹਨਾਂ ਤੇ ਐਕਸਪੈਰੀਮੈਂਟ ਕੀ ਕੀਤਾ,
ਉਹਨਾਂ ਨੂੰ ਲਿਟਾ ਕੇ ਹਿਪਨੋਟਾਈਜ਼ ਕੀਤਾ। ਹਿਪਨੋਟਾਈਜ਼ ਦਾ ਮਤਲਬ ਤੁਸੀਂ ਸਮਝਦੇ ਹੋ ਨਾ, ਸਮੋਹਨ ਦੇ ਜ਼ਰੀਏ ਉਹਨਾਂ ਨੂੰ ਮੈਂ ਬੇਹੋਸ਼ੀ ਵਿੱਚ ਲਗਿਆ। ਬੇਹੋਸ਼ੀ ਵਿੱਚ ਲਗਿਆ ਤਾਂ ਉਹਨਾਂ ਦੇ ਕੋਲ ਇੱਕ ਯੰਤਰ ਹੁੰਦਾ ਡਾਕਟਰਾਂ ਕੋਲ, ਜਿਹੜੇ ਹੱਥ ਦੀ ਪਕੜ ਤੋਂ ਬੰਦੇ ਦੀ ਤਾਕਤ ਦਾ ਅਨੁਮਾਨ ਲਗਾਉਂਦੇ ਆ ਕਿ ਯੰਤਰ ਨੂੰ ਕਿੰਨੀ ਜ਼ੋਰ ਨਾਲ ਘੁੱਟ ਪਾਉਂਦਾ ਹੈ, ਉਹ ਸੂਈ ਕਿੰਨੀ ਉੱਚੀ ਚੜ੍ਹਦੀ ਹੈ, ਕਿ ਜਿੰਨੀ ਜ਼ੋਰ ਨਾਲ ਘੁੱਟੇਗਾ ਸੂਈ ਉੱਨੀ ਉੱਪਰ ਜਾਏਗੀ, ਪਤਾ ਲੱਗੇਗਾ ਕਿ ਸਰੀਰ ਦੀ ਤਾਕਤ ਦਾ ਲੈਵਲ ਕੀ ਹੈ, ਇਹਦੇ ਅੰਦਰ ਤਾਕਤ ਕਿੰਨੀ ਹੈ। ਕਹਿੰਦਾ ਮੈਂ ਉਹਨਾਂ ਪਹਿਲਵਾਨਾਂ ਨੂੰ ਹਿਪਨੋਟਾਈਜ਼ ਕਰਕੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਤਾਕਤ ਬੱਚੇ ਜਿੰਨੀ ਹੈ, ਤੁਹਾਡੀ ਤਾਕਤ ਬੱਚੇ ਜਿੰਨੀ। ਉਹਨਾਂ ਨੂੰ ਬੇਹੋਸ਼ ਕਰਕੇ, ਹਿਪਨੋਟਾਈਜ਼ ਕਰਕੇ ਮੈਂ ਉਹਨਾਂ ਅੰਦਰ ਇਹ ਭਾਵਨਾ ਕੀ ਪੈਦਾ ਕੀਤੀ ਕਿ ਤੁਸੀਂ 6 ਸਾਲ ਦੇ ਬੱਚੇ ਹੋ, ਤੁਹਾਡੀ ਤਾਕਤ ਬੱਚੇ ਜਿੰਨੀ ਹੈ, ਕੁੱਟੋ ਇਹਨੂੰ। ਤਾਂ ਕਹਿੰਦੇ ਜਦੋਂ ਉਹਨਾਂ ਵਾਕਈ ਜ਼ੋਰ ਲਾਇਆ ਤਾਂ ਇੱਦਾਂ ਜ਼ੋਰ ਲਾਇਆ ਜਿੱਦਾਂ ਸੱਚਮੁੱਚ ਕੋਈ 6 ਸਾਲ ਦਾ ਬੱਚਾ ਉਹਨੂੰ ਦਬਾ ਰਿਹਾ ਹੋਵੇ, ਤਾਂ ਸੂਈ ਮਾੜੀਏ ਵੀ ਨਹੀਂ ਹਿੱਲੀ। ਫਿਰ ਕਹਿੰਦਾ ਮੈਂ ਉਹਨਾਂ ਨੂੰ ਉਸੇ ਬੇਹੋਸ਼ੀ ਵਿੱਚ ਇਹ ਗੱਲ ਕਹੀ ਕਿ ਤੁਸੀਂ ਦੁਨੀਆਂ ਦੇ ਸਭ ਤੋਂ ਤਾਕਤਵਰ ਇਨਸਾਨ, ਤੁਹਾਡੇ 'ਚ ਬਹੁਤ ਸ਼ਕਤੀ ਹੈ, ਹੁਣ ਆਪਣੀ ਪੂਰੀ ਤਾਕਤ ਦਾ ਇਸਤੇਮਾਲ ਕਰੋ ਇਹ ਯੰਤਰ ਤੇ। ਕਹਿੰਦੇ ਫਿਰ ਉਹਨਾਂ ਨੇ ਘੁੱਟਿਆ ਤਾਂ ਸੂਈ ਪੂਰੀ ਐਂਡ ਤੇ ਲਾ ਦਿੱਤੀ। ਹੁਣ ਫਰਕ ਕੀ ਪਿਆ, ਸਰੀਰ ਉਹੀ ਹੈ ਪਰ ਪਹਿਲਾਂ ਸੋਚ ਦਿੱਤੀ ਗਈ ਕਿ ਤੇਰੇ ਅੰਦਰ ਬੱਚੇ ਜਿੰਨੀ ਤਾਕਤ ਹੈ, ਤੇਰੇ ਅੰਦਰ ਕੋਈ ਤਾਕਤ ਨਹੀਂ ਹੈ। ਤਾਂ ਉਹ ਸੋਚ ਨੇ ਹੀ ਉਹਨਾਂ ਦੀ ਸਾਰੀ ਤਾਕਤ ਨੂੰ ਖਤਮ ਕਰ ਦਿੱਤਾ ਔਰ ਉਹਨਾਂ ਨੇ ਉਹਨਾਂ ਕੀ ਜ਼ੋਰ ਲਾਇਆ ਜਿੰਨਾ ਚਿਰ ਬੱਚਾ ਲਾਉਂਦਾ ਹੈ। ਫਿਰ ਉਹਨਾਂ ਨੂੰ ਤਾਕਤ ਦਿੱਤੀ ਗਈ ਕਿ ਤੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਹੈ, ਤੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਹੈ। ਤਾਂ ਫਿਰ ਉਸਨੇ ਉਸੇ ਯੰਤਰ ਨੂੰ ਜਦੋਂ ਮੁੱਠੀ ਨੂੰ ਕੁੱਟਿਆ ਤਾਂ ਇਸ ਤਰ੍ਹਾਂ ਕਰ ਦਿੱਤਾ ਕਿ ਸੂਈ ਨੂੰ ਅੰਤ ਤੇ ਲਾ ਦਿੱਤਾ। ਹੁਣ ਜ਼ਰਾ ਦੇਖੋ, ਬੰਦਾ ਉਹੀ 6 ਫੁੱਟ ਦਾ, ਤਾਕਤ ਸਰੀਰ ਦੀ 19, ਕੋਈ ਸਰੀਰ ਨਹੀਂ ਬਦਲਿਆ ਪਰ ਬਦਲਿਆ ਕੀ, ਉਹਦੀ ਭਾਵਨਾ, ਉਹਦੀ ਸੋਚ। ਕਿਉਂਕਿ ਪਹਿਲਾਂ ਡਾਕਟਰ ਨੇ ਉਹਦੇ ਅੰਦਰ ਭਾਵਨਾ ਪੈਦਾ ਕੀਤੀ, ਤੂੰ ਛੋਟਾ ਬੱਚਾ ਹੈ, ਤਾਂ ਉਹਨੂੰ ਲੱਗਾ ਮੈਂ ਬੱਚਾ ਹੈ ਤਾਂ ਬੱਚੇ ਦੀ ਤਾਕਤ 19 ਗਈ ਹੈ। ਫਿਰ ਉਹਨੂੰ ਭਾਵਨਾ ਦਿੱਤੀ ਕਿ ਤੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਹੈ, ਤਾਂ ਫਿਰ ਉਹਦੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੋਈ ਨਹੀਂ ਹੈ, ਤਾਂ ਉਹਨਾਂ ਉਸੇ ਸੂਈ ਨੂੰ ਅੰਤ ਤੇ ਲਾ ਦਿੱਤਾ। ਯਾਨੀ ਬੰਦਾ ਕਹਿੰਦਾ ਐਂਡ ਕਰ ਦਿੱਤਾ। ਹੁਣ ਬਦਲਿਆ ਕੀ, ਸਿਰਫ ਉਹਦੀ ਸੋਚ ਬਦਲੀ। ਇਸ ਲਈ ਜੇ ਅਸੀਂ ਆਪਣੀ ਸੋਚ ਨਾਲ, ਉੱਥੇ ਕਾਰਨੇਗੀ ਨੇ ਦੱਸਿਆ ਹੈ ਕਿ ਅਗਰ ਬੰਦਾ ਆਪਣੀ ਸੋਚ ਅੰਦਰ ਇਹ ਗੱਲ ਲੈ ਲਵੇ ਕਿ ਮੈਂ ਸਭ ਤੋਂ ਮਾੜਾ, ਮੈਂ ਸਭ ਤੋਂ ਕਮਜ਼ੋਰ, ਮੇਰੇ ਤੋਂ ਕੁਛ ਨਹੀਂ ਹੋਣਾ, ਤਾਂ ਬੰਦੇ ਦੀ ਸੋਚ ਹੀ ਉਹਨੂੰ ਮਾੜਾ ਬਣਾ ਦਿੰਦੀ ਹੈ, ਬੰਦੇ ਦੀ ਸੋਚ ਹੀ ਉਹਨੂੰ ਕਮਜ਼ੋਰ ਬਣਾ ਦਿੰਦੀ ਹੈ, ਬੰਦੇ ਦੀ ਸੋਚ ਹੀ ਉਹਨੂੰ ਬਣਾ ਦਿੰਦੀ ਕਿ ਉਹ ਤੋਂ ਕੁਛ ਹੁੰਦਾ ਹੀ ਨਹੀਂ। ਤਾਂ ਜੇ ਬੰਦਾ ਸੋਚੇ ਕਿ ਮੈਂ ਬਹੁਤ ਅੱਛਾ ਹਾਂ, ਕਿਉਂਕਿ ਜਦੋਂ ਸਾਡੀ ਸੋਚ ਅੱਛੀ ਹੋਏਗੀ ਕਿ ਮੈਂ ਅੱਛਾ ਹਾਂ, ਤਾਂ ਫਿਰ ਬੰਦਾ ਅਗਰ ਆਪਣੇ ਆਪ ਨੂੰ ਅੱਛਾ ਸਮਝੇਗਾ ਤਾਂ ਅੱਛਾ ਸਮਝਣ ਵਾਲਾ ਹੀ ਅੱਛਾ ਕੰਮ ਕਰਨ ਦੀ ਕੋਸ਼ਿਸ਼ ਵੀ ਕਰੇਗਾ ਕਿ ਮੈਂ ਅੱਛਾ ਹਾਂ, ਜੇ ਮੈਂ ਅੱਛਾ ਤਾਂ ਮੈਂ ਕੰਮ ਮਾੜਾ ਕਿਉਂ ਕਰਾਂ। ਹੁਣ ਤੁਸੀਂ ਕਦੀ ਧਿਆਨ ਦੇਣਾ, ਜੇ ਤਨ ਤੇ ਤੁਸੀਂ ਮੈਲੇ ਕੱਪੜੇ ਪਾਏ ਹੈ ਤਾਂ ਤੁਹਾਨੂੰ ਫਿਕਰ ਨਹੀਂ ਹੁੰਦੀ, ਤੁਸੀਂ ਜਿੱਥੇ ਮਰਜ਼ੀ ਬਹਿ ਜਾਓਗੇ। ਤੁਸੀਂ ਕਹਿੰਦਾ ਮੈਲੇ ਕੱਪੜੇ, ਚਾਹੇ ਜ਼ਮੀਨ ਤੇ ਬਹਿ ਜਾਓ, ਚਾਹੇ ਮਿੱਟੀ 'ਚ ਬਹਿ ਜਾਓ, ਜਿੱਥੇ ਮਰਜ਼ੀ ਬਹਿ ਜਾਓ, ਪਰ ਉਹੀ ਇਨਸਾਨ ਜਦੋਂ ਨਵੇਂ ਕੱਪੜੇ ਪਾ ਲੈਂਦਾ ਹੈ ਤਾਂ ਬੈਠਣ ਲੱਗਾ 100 ਵਾਰ ਸੋਚਦਾ ਯਾਰ ਮਿੱਟੀ ਨਾ ਲੱਗ ਜਾਵੇ, ਬੰਦਾ ਉਹੀ ਹੈ। ਪਰ ਪਹਿਰਾਵਾ ਜਿੱਦਾਂ ਦਾ ਆ ਜਾਂਦਾ ਹੈ, ਬੰਦਾ ਉੱਦਾਂ ਦੀ ਆਪਣੀ ਸੋਚ ਰੱਖਦਾ, ਉੱਦਾਂ ਦੇ ਕਰਮ ਕਰਦਾ ਹੈ। ਇਸੇ ਤਰ੍ਹਾਂ ਇੱਕ ਬੰਦਾ ਸੋਚੇ ਮੈਂ ਪਾਪੀ, ਮੈਂ ਪਾਪੀ, ਤਾਂ ਪਾਪੀ ਪਾਪੀ ਸੋਚਣ ਵਾਲਾ ਹਮੇਸ਼ਾ ਪਾਪ ਹੀ ਕਰੇਗਾ। ਉਹਨਾਂ ਕਹਿਣਾ ਪਾਪੀ ਆ, ਦੁਨੀਆਂ ਪਾਪੀ ਕਹਿੰਦੀ ਤਾਂ ਜੋ ਮਰਜ਼ੀ ਕਰਾਂ ਪਾਪ ਹੀ ਕਰਾਂ ਫਿਰ। ਪਰ ਜੇ ਇੱਕ ਬੰਦਾ ਸੋਚ ਲਵੇ ਮੈਂ ਪਰਮਾਤਮਾ ਦੀ ਅੰਸ਼ ਹਾਂ, ਮੈਂ ਪਰਮਾਤਮਾ ਦਾ ਬੱਚਾ ਹਾਂ, ਮੇਰੇ ਅੰਦਰ ਮੇਰਾ ਰੱਬ ਹੈ, ਮੇਰਾ ਪ੍ਰਭੂ ਹੈ, ਮੇਰਾ ਪਰਮਾਤਮਾ, ਮੈਂ ਸਭ ਤੋਂ ਅੱਛਾ ਹਾਂ, ਤਾਂ ਫਿਰ ਬੰਦੇ ਦੀ ਸੋਚ ਹੁੰਦੀ ਜੇ ਮੈਂ ਅੱਛਾ ਹਾਂ, ਜੇ ਮੇਰੀ ਸੋਚ ਅੱਛੀ ਹੈ ਤਾਂ ਫਿਰ ਮੇਰੇ ਕਰਮ ਵੀ ਅੱਛੇ ਹੋਣੇ ਚਾਹੀਦੇ। ਫਿਰ ਉਹ ਮਾੜੀ ਕਰਨੀ ਕਰਨ ਲੱਗਿਆਂ ਕਈ ਵਾਰ ਸੋਚੇਗਾ। ਇਸ ਲਈ ਆਪਣੀ ਸੋਚ ਨੂੰ ਉੱਤਮ ਰੱਖੋ। ਤਾਂ ਹੀ ਗੁਰੂਆਂ ਰਹਿਬਰਾਂ ਨੇ ਇਹ ਗੱਲ ਗੁਰਬਾਣੀ ਦੇ ਵਿੱਚ ਵੀ ਜਾਂ ਕੁਰਾਨ ਗੀਤਾ ਬਾਈਬਲ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਤੂੰ ਪਰਮਾਤਮਾ ਦਾ ਅੰਸ਼ ਹੈ। ਜੀਸਸ ਕ੍ਰਾਈਸਟ ਨੇ ਵੀ ਕਿਹਾ ਤੂੰ ਪਰਮਾਤਮਾ ਦੀ ਔਲਾਦ ਹੈ, ਉਹ ਤੇਰਾ ਪਿਤਾ ਹੈ, ਤੂੰ ਉਹਦਾ ਬੇਟਾ ਹੈ। ਇਹ ਗੱਲ ਕਹਿਣ ਦਾ ਮਤਲਬ ਕੀ, ਤਾਂ ਕਿ ਅਸੀਂ ਸੋਚ ਸਕੀਏ, ਸਮਝ ਸਕੀਏ ਕਿ ਅਸੀਂ ਕੋਈ ਮਾਮੂਲੀ ਨਹੀਂ, ਅਸੀਂ ਪਰਮਾਤਮਾ ਦੇ ਬੱਚੇ ਹਾਂ, ਤਾਂ ਸਾਡੇ ਕਰਮ ਵੀ ਬਾਪ ਵਰਗੇ ਹੋਣੇ ਚਾਹੀਦੇ, ਅੱਛੇ ਹੋਣੇ ਚਾਹੀਦੇ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਆਪਣੀ ਸੋਚ ਨੂੰ ਅਗਰ ਅੱਛਾ ਰੱਖਾਂਗੇ, ਆਪਣੇ ਵਿਚਾਰ ਨੂੰ ਅਗਰ ਅੱਛਾ ਰੱਖਾਂਗੇ, ਤਾਂ ਸਾਡੇ ਜੀਵਨ 'ਚ ਅੱਛਾਈ ਵੀ ਫਿਰ ਆਏਗੀ, ਅਸੀਂ ਅੱਛਾ ਕਰਨ ਦੀ ਕੋਸ਼ਿਸ਼ ਵੀ ਫਿਰ ਕਰਾਂਗੇ। ਇਸ ਲਈ ਸੰਤਾਂ ਗੁਰੂਆਂ ਰਹਿਬਰਾਂ ਦੀ ਸੰਗਤ ਵਿੱਚ ਬਹਿ ਕੇ ਸਾਨੂੰ ਅੱਛੇ ਵਿਚਾਰ ਮਿਲਦੇ ਔਰ ਅੱਛੇ ਵਿਚਾਰਾਂ ਨਾਲ ਹੀ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ। ਔਰ ਹੁਣ ਸਵਾਲ ਜਵਾਬ ਦੀ ਗੱਲ ਚੱਲੀ ਹੈ, ਅੱਜ ਖੁਸ਼ੀਆਂ ਦਾ ਮੌਕਾ ਹੈ। ਇਸੇ ਤਰ੍ਹਾਂ ਸਾਨੂੰ ਇੱਕ ਕਹਾਣੀ ਯਾਦ ਆ ਗਈ। ਇਹ ਕਹਾਣੀ ਬੜੀ ਪਿਆਰੀ ਹੈ ਔਰ ਜਿਹ 'ਚ ਗਿਆਨ ਵੀ ਬੜਾ, ਬੜਾ ਪਿਆਰਾ ਗਿਆਨ ਵੀ ਛੁਪਿਆ ਹੋਇਆ ਹੈ। ਕਿ ਇਸੇ ਤਰ੍ਹਾਂ ਜਿੱਦਾਂ ਅੱਜ ਅਸੀਂ ਸਾਰੇ ਖੁਸ਼ ਹਾਂ, ਆਨੰਦ ਮਾਣ ਰਹੇ ਹਾਂ, ਇਸੇ ਤਰ੍ਹਾਂ ਇੱਕ ਰਾਜਿਆ ਸੀ, ਇੱਕ ਦੇਸ਼ ਸੀ, ਉੱਥੇ ਦਾ ਇੱਕ ਰਾਜਾ ਸੀ ਔਰ ਖੁਸ਼ੀ ਦਾ ਤਿਉਹਾਰ ਚੱਲ ਰਿਹਾ ਸੀ।
ਤਾਂ ਰਾਜਾ ਬੜਾ ਖੁਸ਼ ਸੀ। ਖੁਸ਼ੀ ਵਿੱਚ ਰਾਜੇ ਨੇ ਦੇਖਿਆ ਕਿ ਰਾਜੇ ਦਾ ਜੋ ਵਜ਼ੀਰ ਹੈ, ਕਿਉਂਕਿ ਲੋਕ ਬਹੁਤ ਹੈ, ਇਕੱਠੇ ਹੋਏ, ਖੁਸ਼ੀਆਂ ਮਨਾ ਰਹੇ ਹੈ, ਭੰਗੜੇ ਪੈ ਰਹੇ ਹੈ, ਤਾਂ ਉੱਥੇ ਹੀ ਰਾਜੇ ਦਾ ਧਿਆਨ ਗਿਆ ਵਜ਼ੀਰ ਦੀ ਤਰਫ ਕਿ ਵਜ਼ੀਰ ਕਿਸੇ ਸੋਚ ਵਿੱਚ ਹੈ ਕਿ ਸਾਰੇ ਖੁਸ਼ ਹੈ, ਸਾਰੀ ਪਬਲਿਕ, ਸਾਰਾ ਰਾਜਿਆ ਖੁਸ਼ੀ ਮਨਾ ਰਿਹਾ ਹੈ, ਪਰ ਇਹ ਮੇਰਾ ਵਜ਼ੀਰ ਬੜੀ ਚਿੰਤਾ ਵਿੱਚ ਲੱਗ ਰਿਹਾ ਹੈ, ਬੜੀ ਸੋਚ ਵਿੱਚ ਲੱਗ ਰਿਹਾ ਹੈ। ਤਾਂ ਰਾਜੇ ਦਾ ਧਿਆਨ ਜਦੋਂ ਉੱਧਰ ਗਿਆ ਤਾਂ ਉਸ ਰਾਜੇ ਨੇ ਵਜ਼ੀਰ ਨੂੰ ਪੁੱਛਿਆ, ਉਸ ਮੰਤਰੀ ਨੂੰ ਪੁੱਛਿਆ ਕਿ ਇਹ ਵਜ਼ੀਰ ਕੀ ਗੱਲ ਹੋ ਗਈ, ਤੂੰ ਉਦਾਸ ਕਿਉਂ ਹੈ, ਤੂੰ ਚਿੰਤਿਤ ਕਿਉਂ ਹੈ, ਤੇਰੀ ਚਿੰਤਾ ਦਾ, ਉਦਾਸੀ ਦਾ ਕਾਰਨ ਕੀ ਹੈ, ਬੋਲ। ਤਾਂ ਵਜ਼ੀਰ ਨੇ ਕਿਹਾ, ਨਹੀਂ ਮਹਾਰਾਜ ਕੁਛ ਨਹੀਂ, ਬਸ ਮੈਂ ਕੁਛ ਸੋਚ ਰਿਹਾ ਸੀ, ਚਿੰਤਾ ਕੋਈ ਨਹੀਂ, ਉਦਾਸੀ ਕੋਈ ਨਹੀਂ, ਬਸ ਕੁਛ ਸੋਚ ਰਿਹਾ ਸੀ, ਮੇਰਾ ਧਿਆਨ ਉੱਧਰ ਚਲਾ ਗਿਆ। ਤਾਂ ਬਾਦਸ਼ਾਹ ਨੇ ਕਿਹਾ, ਫਿਰ ਵੀ ਦੱਸ ਤਾਂ ਸਹੀ, ਸੋਚ ਕੀ ਰਿਹਾ ਸੀ, ਕਿਉਂਕਿ ਉਹ ਕਿਹੜੀ ਸੋਚ ਹੈ ਜਿਹਨੇ ਤੈਨੂੰ ਇੰਨਾ ਗੰਭੀਰ ਕਰ ਦਿੱਤਾ, ਇਹਨਾਂ ਦੇ ਖੁਸ਼ੀ ਦੇ ਮਾਹੌਲ ਵਿੱਚ ਵੀ ਤੂੰ ਇੰਨਾ ਸੀਰੀਅਸ ਹੋ ਕੇ, ਜਿੱਦਾਂ ਬੰਦਾ ਕਹਿੰਦਾ ਬੜਾ ਸੀਰੀਅਸ ਹੈ, ਤੂੰ ਇੰਨਾ ਗੰਭੀਰ ਹੋ ਕੇ ਖੜਾ ਹੈ, ਆਖਿਰ ਗੱਲ ਕੀ ਹੈ, ਦੱਸ ਤਾਂ ਸਹੀ। ਕਹਿੰਦਾ, ਨਹੀਂ ਮਹਾਰਾਜ ਮਾਫ ਕਰੋ, ਮੈਂ ਦੱਸ ਨਹੀਂ ਸਕਦਾ। ਉਹ ਰਾਜਾ ਕਹਿੰਦਾ, ਫਿਕਰ ਨਾ ਕਰ, ਤੂੰ ਦੱਸ। ਬਾਦਸ਼ਾਹ ਕਹਿੰਦਾ, ਤੂੰ ਦੱਸ, ਤੈਨੂੰ ਦੱਸਣਾ ਪੈਣਾ ਹੈ, ਜੇ ਨਾ ਦੱਸਿਆ ਫਿਰ ਮੈਨੂੰ ਤਕਲੀਫ ਹੋਣੀ ਹੈ ਕਿ ਮੇਰਾ ਵਜ਼ੀਰ ਮੇਰੇ ਤੋਂ ਲੁਕਾਉਂਦਾ ਹੈ। ਹੁਣ ਤੁਸੀਂ ਕਿਸੇ ਨੂੰ ਪੁੱਛੋ ਕਿ ਭਾਈ ਦੱਸ ਕੀ ਗੱਲ, ਅਗਲਾ ਨਾ ਦੱਸੇ ਤੁਹਾਨੂੰ ਤਕਲੀਫ ਹੁੰਦੀ ਹੈ ਕਿ ਹਲੇ ਇੰਨਾ ਵੀ ਨਹੀਂ ਮੇਰੇ ਨਾਲ ਜੁੜਿਆ, ਇੰਨਾ ਵੀ ਨਹੀਂ ਇਹਨੂੰ ਮੇਰੇ ਨਾਲ ਪਿਆਰ ਕਿ ਆਪਣੇ ਦਿਲ ਦੀ ਗੱਲ ਦੱਸ ਸਕੇ। ਤਾਂ ਰਾਜੇ ਨੇ ਕਿਹਾ, ਤੂੰ ਮੇਰਾ ਵਜ਼ੀਰ ਹੈ, ਮੇਰੇ ਤੋਂ ਲੁਕੋ ਰਿਹਾ ਹੈ, ਦੱਸ ਕੀ ਗੱਲ ਹੈ। ਤਾਂ ਵਜ਼ੀਰ ਨੇ ਕਿਹਾ, ਮਹਾਰਾਜ ਜੇ ਹੁਣ ਪੁੱਛਦੇ ਹੋ ਤਾਂ ਫਿਰ ਮਾਫ਼ ਕਰਿਓ, ਗੁੱਸਾ ਨਾ ਕਰਿਓ, ਜੇ ਹੁਣ ਪੁੱਛਿਆ ਆਪਣੇ ਦਿਲ ਦੀ ਗੱਲ ਦੱਸ, ਤਾਂ ਜੋ ਮੇਰੇ ਦਿਲ 'ਚ ਆਇਆ ਮੈਂ ਤੁਹਾਨੂੰ ਦੱਸਣ ਲੱਗਾ, ਪਰ ਤੁਸੀਂ ਗੁੱਸਾ ਨਾ ਕਰਿਓ, ਮਾਫ਼ ਕਰ ਦਿਓ ਮੈਨੂੰ। ਰਾਜਾ ਕਹਿੰਦਾ, ਬਾਦਸ਼ਾਹ ਕਹਿੰਦਾ, ਠੀਕ ਹੈ, ਮੈਂ ਵਚਨ ਕਰਦਾ, ਗੁੱਸਾ ਨਹੀਂ ਕਰਾਂਗਾ, ਤੂੰ ਆਪਣੇ ਦਿਲ ਦੀ ਗੱਲ ਦੱਸ। ਤਾਂ ਵਜ਼ੀਰ ਕਹਿੰਦਾ, ਮਹਾਰਾਜ ਮੈਂ ਇਹ ਸੋਚ ਰਿਹਾ ਸੀ ਕਿ ਤੁਹਾਨੂੰ ਪਰਮਾਤਮਾ ਨੇ ਕਿੰਨਾ ਕੁਛ ਦਿੱਤਾ ਹੈ, ਕਿੰਨਾ ਬੜਾ ਰਾਜਿਆ, ਕਿੰਨਾ ਉੱਚਾ ਤਖਤ, ਕਿੰਨੀ ਦੌਲਤ, ਕਿੰਨੇ ਨੌਕਰ ਚਾਕਰ, ਦੂਰ ਦੂਰ ਤੱਕ ਤੁਹਾਡੇ ਰਾਜਿਆਂ 'ਚ ਜੈ ਜੈਕਾਰ ਹੋ ਰਹੀ ਹੈ, ਕਿ ਕਿੱਡਾ ਵਿਸ਼ਾਲ ਰਾਜ ਹੈ ਤੁਹਾਡਾ। ਮੈਂ ਇਹ ਸੋਚ ਰਿਹਾ ਸੀ, ਕਾਸ਼ ਇਹਦਾ 10% ਹੀ, ਦਸਵਾਂ ਹਿੱਸਾ ਹੀ ਮੇਰੇ ਕੋਲ ਹੁੰਦਾ, ਇੱਡਾ ਵੱਡਾ ਰਾਜ ਹੈ ਤੁਹਾਡਾ, ਕਾਸ਼ ਇਹਦਾ 10% ਹੀ ਮੇਰੇ ਕੋਲ ਹੁੰਦਾ ਤਾਂ ਮੈਨੂੰ ਕਿੰਨੀ ਖੁਸ਼ੀ ਹੁੰਦੀ, ਬਸ ਤੁਹਾਡਾ ਇਹ ਆਰਾਮ, ਐਸ਼ੋ ਆਰਾਮ ਦੇਖ ਕੇ ਮੇਰੇ ਮਨ 'ਚ ਭਾਵਨਾ ਪੈਦਾ ਹੋ ਗਈ ਕਿ ਪੂਰਾ ਨਹੀਂ, ਕਾਸ਼ 10% ਹੀ ਮੇਰੇ ਕੋਲ ਹੁੰਦਾ। ਇਹ ਸੋਚ ਰਿਹਾ ਸੀ, ਇਹਨਾਂ ਵਿਚਾਰਾਂ 'ਚ ਸੀ, ਤਾਂ ਆਪਣੇ ਰੱਬ ਨੂੰ ਕਹਿ ਰਹੇ ਸੀ, ਰੱਬਾ ਮੈਨੂੰ ਕਿਉਂ ਨਹੀਂ ਦਿੱਤਾ। ਹੁਣ ਕਈਆਂ ਬੰਦਿਆਂ ਦੇ ਮਨ 'ਚ ਹੁੰਦਾ, ਮੈਨੂੰ ਕਿਉਂ ਨਹੀਂ ਮਿਲਿਆ, ਉਹਨੂੰ ਕਿਉਂ ਮਿਲ ਗਿਆ। ਹੁਣ ਵਜ਼ੀਰ ਦੇ ਮਨ 'ਚ ਵੀ ਇਹੀ ਭਾਵਨਾ ਆਈ, ਤਾਂ ਬਾਦਸ਼ਾਹ ਮੁਸਕੁਰਾਇਆ, ਕਹਿੰਦਾ, ਅੱਛਾ ਵਜ਼ੀਰ, ਇਹ ਭਾਵਨਾ ਹੈ ਕਿ 10% ਹੀ ਤੇਰੇ ਕੋਲ ਹੁੰਦਾ, ਜੇ 10% ਤੇਰੇ ਕੋਲ ਹੁੰਦਾ ਤੂੰ ਖੁਸ਼ ਰਹਿੰਦਾ। ਉਹ ਕਹਿੰਦਾ, ਜੀ ਫਿਰ ਤਾਂ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਹਿਣਾ, ਕਿਉਂਕਿ 10% ਮੈਨੂੰ ਮਿਲ ਜਾਵੇ ਐਡੇ ਵੱਡੇ ਰਾਜਿਆਂ ਦਾ, ਤਾਂ ਫਿਰ ਤਾਂ ਮੈਂ ਵੀ ਇੱਕ ਰਾਜਾ ਬਣ ਜਾਊਂ। ਤਾਂ ਉਸ ਵੇਲੇ ਬਾਦਸ਼ਾਹ ਨੇ ਕਿਹਾ, ਠੀਕ ਹੈ, ਫਿਰ ਤੂੰ 10% ਹੀ ਗੱਲ ਕਰਦਾ ਆ, ਚੱਲ ਮੈਂ ਤੈਨੂੰ 50% ਦਿੰਦਾ ਆ, ਯਾਨੀ ਆਪਣਾ ਅੱਧਾ ਰਾਜਿਆ ਦਿੰਦਾ ਆ, ਅੱਧਾ ਰਾਜਿਆ ਤੈਨੂੰ ਦਿੰਦਾ ਹਾਂ। ਕਹਿ ਕੇ ਬਾਦਸ਼ਾਹ ਨੇ ਕਾਗਜ਼ਾਤ ਮੰਗਾਏ, ਲਿਖ ਦਿੱਤਾ ਉੱਪਰ ਕਿ ਅੱਜ ਤੋਂ ਅੱਧਾ ਰਾਜਿਆ ਇਸ ਵਜ਼ੀਰ ਦਾ। ਕਹਿ ਕੇ ਰਾਜੇ ਨੇ ਸ਼ਾਹੀ ਮੋਹਰ ਲਾ ਦਿੱਤੀ। ਵਜ਼ੀਰ ਹੈਰਾਨ ਹੋ ਗਿਆ ਕਿ ਮੈਂ ਤਾਂ 10% ਸੋਚ ਰਿਹਾ ਸੀ, ਪ੍ਰਤੀਸ਼ਤ ਸੋਚ ਰਿਹਾ ਸੀ, ਇਹ ਤਾਂ ਮੈਨੂੰ 50%, ਯਾਨੀ 50% ਮਿਲ ਗਿਆ, ਮੇਰੀ ਸੋਚ ਤੋਂ ਵੀ 5 ਗੁਣਾ ਜ਼ਿਆਦਾ ਮਿਲ ਗਿਆ। ਹੁਣ ਜਿਸਲੇ ਪੇਪਰ ਤਿਆਰ ਹੋ ਗਏ, ਰਾਜਾ ਵਜ਼ੀਰ ਨੂੰ ਦੇਣ ਲੱਗਾ, ਤਾਂ ਉਹਦੇ ਨਾਲ ਨਾਲ ਰਾਜੇ ਨੇ, ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ, ਪਰ ਠਹਿਰ, ਇਹ ਕਾਗਜ਼ਾਤ ਮੈਂ ਤੈਨੂੰ ਦਊਂਗਾ, ਉਸ ਤੋਂ ਪਹਿਲਾਂ ਤੈਨੂੰ ਮੇਰੇ 3 ਸਵਾਲਾਂ ਦੇ ਜਵਾਬ ਦੇਣੇ ਪੈਣੇ ਆ। ਔਰ ਇਹ ਵਜ਼ੀਰ, ਉਹ 3 ਸਵਾਲਾਂ ਦੇ ਜਵਾਬ ਦੇਣ ਵਾਸਤੇ ਮੈਂ ਤੈਨੂੰ 30 ਦਿਨ ਦਾ ਸਮਾਂ ਦੇਣਾ ਹੈ, ਯਾਨੀ 1 ਮਹੀਨੇ ਦਾ। ਅਗਰ 1 ਮਹੀਨੇ ਦੇ ਅੰਦਰ ਅੰਦਰ ਤੂੰ ਉਹ 3 ਸਵਾਲਾਂ ਦੇ ਜਵਾਬ ਮੈਨੂੰ ਦੇ ਦਿੱਤੇ, ਤਾਂ ਇਹ 50% ਰਾਜਿਆ ਤੇਰਾ। ਪਰ ਇਹ ਯਾਦ ਰੱਖ, ਜੇ 1 ਮਹੀਨੇ ਅੰਦਰ ਅੰਦਰ ਉਹ 3 ਸਵਾਲਾਂ ਦੇ ਜਵਾਬ ਮੈਨੂੰ ਨਾ ਮਿਲੇ, ਤਾਂ ਮੈਂ ਤੇਰੀ ਗਰਦਨ ਉਡਾ ਦੇਣੀ, ਤੈਨੂੰ ਫਾਂਸੀ ਚੜਾ ਦੇਣਾ। ਕਹਿ ਕੇ ਰਾਜ ਨੇ ਇੱਕ ਦੂਜਾ ਫਰਮਾਨ ਤਿਆਰ ਕੀਤਾ, ਦੂਜੇ ਫਰਮਾਨ ਤੇ ਸ਼ਾਹੀ ਮੋਹਰ ਲਾ ਦਿੱਤੀ ਕਿ 1 ਮਹੀਨੇ ਅੰਦਰ ਅੰਦਰ ਵਜ਼ੀਰ ਮੈਨੂੰ 3 ਸਵਾਲਾਂ ਦੇ ਜਵਾਬ ਦੇਵੇਗਾ, ਨਹੀਂ ਤਾਂ ਇਹਦੀ ਗਰਦਨ ਧੜ ਤੋਂ ਅਲੱਗ। ਹੁਣ ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ, ਬੋਲ, ਤੂੰ ਇਹ ਚੀਜ਼ ਨੂੰ ਮਨਜ਼ੂਰ ਕਰਦਾ ਹੈ? ਫਿਰ ਇਹ 2 ਫਰਮਾਨ ਤੈਨੂੰ ਦੇ ਦਿੱਤੇ ਜਾਣਗੇ ਕਿ ਜਦੋਂ ਤੂੰ 3 ਸਵਾਲਾਂ ਦੇ ਜਵਾਬ ਮੇਰੇ ਕੋਲ ਲੈ ਆਇਆ ਤਾਂ ਅੱਧਾ ਰਾਜਿਆ ਤੇਰਾ। ਅਗਰ ਤੈਨੂੰ ਮਨਜ਼ੂਰ ਹੈ ਤਾਂ 2 ਫਰਮਾਨ ਫੜ ਲੈ, ਅਗਰ ਨਹੀਂ ਮਨਜ਼ੂਰ ਤਾਂ ਫਿਰ ਆਪਣੀ 50% ਵਾਲੀ, 10% ਵਾਲੀ ਇੱਛਾ ਛੱਡ ਦੇ। ਤਾਂ ਵਜ਼ੀਰ ਨੇ ਮਨ 'ਚ ਸੋਚਿਆ,
50% मिल रहा है 3 सवालों के बदले। कोई नहीं मंजूर कर लेंगे, मंजूर कर लेंगे। उन्होंने कहा ठीक है महाराज मैनू मंजूर है, ये दो ही फरमान मैनू दो, तो फिर नाल ही मैनू दसो 3 सवाल केड़े है। हुण बादशाह ने वह दो ही फरमान अद्धे राजिया वाला और एक महीने च जवाब लियान वाला फरमान के एक महीने च जवाब ना मिलिया तैनू फांसी चढ़ा दिता जाएगा, तेरी गर्दन उड़ा दी जाएगी। वो दो ही फरमान वजीर के हाथ में रखे। तो वजीर हुण पुछदा है कि महाराज सवाल दसो की है। फरमान फल ले वजीर ने और मन च सोचा 3 सवालों बदले एडा वड्डा राजिया मिलता है, लोगों की पूरी जिंदगी गुजर जाती है, उन्होंने कुछ नहीं मिलता, तो मैं तो 3 सवालों के बदले एडा वड्डा राजिया मिलना है। कोई नहीं कर लेंगे। हुण वजीर पुछता है महाराज वो 3 सवाल केड़े है, हुण वो सवाल का जवाब तुसीं भी देना है। अज सवाल जवाब का ही देना है। हुण तुसीं भी सवाल समझ लो, फिर तुहानूं भी जवाब पुछना है। हुण कहिंदे राजे ने पहला सवाल किया कि वजीर मेरा पहला सवाल है जिहदा जवाब मैनूं चाहिदा है कि जिंदगी की सब तो बड़ी सच्चाई केड़ी है, जिंदगी की सब तो बड़ी सच्चाई केड़ी है। और मेरा दूसरा सवाल है कि जिंदगी का सब तो बड़ा धोखा केड़ा है, जिंदगी का सब तो बड़ा धोखा की है। और तीसरा सवाल है मेरा कि इंसान की सब तो बड़ी कमजोरी केड़ी है। कहिंदे ये 3 सवालों का जवाब मैनूं दे, अगर एक महीने अंदर दे हुणे ही जवाब है तो हुणे ही दे दे, तो यह राजिया लै जा। जे हुण जवाब नहीं दे सकता तो एक महीने का समा मैं तैनूं दिंदा हाँ, जवाब तसली बख्श होना चाहिए है, तो फिर वो जवाब दे के तू अद्धा राजा ले जा। मोर लग चुकी है, ये फरमान तेरा हो जाएगा। वजीर ने बड़ा सोचा, उसने जवाब नहीं आया तो उन्होंने कहा ठीक है महाराज मैनू एक महीने का समा दो, एक महीने अंदर अंदर मैं जवाब लेके आऊंगा और तुहाडे कोलों जमीन वाला फरमान यानी अद्धे राजा दी जो पटा लिख दिता मेरे नाम ते शाही मोहर ला के लै जाओ। बादशाह कहिंदा ठीक है। फिर हुण वजीर उत्थों दौड़िया सवालों का जवाब लभण वास्ते कि एक महीना है मेरे कोल, बहुत टाइम है, निक्के निक्के दा सवाल है 3, इन्हां दा जवाब तो मैं इदां लभ लूं, आप ना पता लगे तो किसी नूं पुछ लूं जाके, क्योंकि नगर दे विच बहुत पंडित पुरोहित है, बहुत मुला काजी है, बहुत वेदा शास्त्रां नूं पढ़न वाले ज्ञानवान है, उन्हां कोलों पुछ लूं। यह सोच के वजीर तुर पिया। पहला तो सीधा अपने घर पहुंचिया, घर पहुंच के रिलैक्स किया और खो गया सपनिया च कि मेरे को हुण अद्धा राजिया आन वाला है, जो अद्धा राजिया आएगा तो मैं करूंगा, मैं करूंगा। हुण कई बार तुसीं भी देखना, एक बंदा जाता है लॉटरी खरीद लैंदा है, दिवाली बंपर, लोहड़ी बंपर, विसाखी बंपर, हाले निकली होंगी नहीं, सोचने लगता करोड़ रुपया निकलू, पहले गड्डी लैनी, करोड़ रुपया निकलू, पहले आ करना, फिर मैं बाहर घूमन जाना है। जिदा कहिंदे आ ना कि हाले गल बनी नहीं तो सोचा पहले ही बननिया शुरू हो जांदियां, सोचना बंदा पहले ही शुरू कर दिंदा है। एजेंट नूं पासपोर्ट दिता नहीं कि बंदा सपने लैण लगदा लग गया वीजा पहुंच गया कनेडा, मैं हुण कनेडा जाके आह कम करना है, पहले ही उधरों आके आह करना, हुण लग गया अमेरिका का वीजा, ये तो बाद चों पता लगता जो महीने दो महीने बाद एजेंट कहिंदा भाई कम नहीं बनिया, ओहो मेरे सपने ही टुट गए। भाई देखण नूं क्या कहना सी, फालतू के सपने देखी जाते, इसलिए हुण वजीर भी खो गया, लेट गया जाके और सोचण लगा अद्धा राजा 3 सवाल है, निक्के निक्के सवाल है, लभ लवांगे, पर एडा वड्डा राजा जरा प्लैनिंग तो कर लवां, करना की है, मैं किदां दा अपना महल बनाना है, किदां दा अपना सिंघासन बनाना है, किदां दा ताज बनाना है। सो एक दो दिन तेना सोचा जी लंघ, इसलिए असं एक गल कहांगे कहानी के नाल नाल जीवन नूं भी समझना है, परमात्मा भी सानूं जिंदगी दिंदा है, परमात्मा भी सानूं एक राजिया नूं जितण दा मौका दिंदा है, पर वो राजिया नूं जितण दी बजाए असीं भी अपना सारा समां सोचां च ही गुआ दिंदे। यीशु मसीह ने कहा कि नहीं, यीशु मसीह कहिंदे उह परमात्मा दा साम्राज्य तेरे वास्ते है, उह परमात्मा दा राज्य तेरे वास्ते है, पर उहदे लायक तैनूं बनना पएगा, फिर ही उह राज्य दी कुंजी तैनूं मिलेगी। ਜਿੱਦਾਂ ਬਾਪ ਕਹੇ ਬੇਟਾ ਇਹ ਕਾਰ ਤੇਰੇ ਵਾਸਤੇ ਹੀ ਹੈ ਪਰ ਪਹਿਲਾਂ ਚਲਾਣੀ ਸਿੱਖ ਲੈ, ਜਦੋਂ ਤੈਨੂੰ ਚਲਾਣੀ ਆ ਗਈ ਤਾਂ ਕਾਰ ਦੀ ਚਾਬੀ ਤੇਰੀ ਤੇ ਜਿੱਥੇ ਮਰਜ਼ੀ ਘੁਮਾ, ਪਰ ਜਦ ਤੱਕ ਤੈਨੂੰ ਚਲਾਣੀ ਨਹੀਂ ਆਉਂਦੀ ਹੈ ਤੇਰੀ, ਪਰ ਜਦ ਤੱਕ ਤੈਨੂੰ ਚਲਾਣੀ ਨਹੀਂ ਆਉਂਦੀ ਮੈਂ ਚਾਬੀ ਤੈਨੂੰ ਨਹੀਂ ਦੇਣੀ, ਕਿਉਂਕਿ ਜੇ ਬਿਨਾਂ ਸਿੱਖਿਆ ਇਹ ਗੱਡੀ ਤੂੰ ਚਲਾਏਗਾ ਤਾਂ ਆਪਣੀ ਵੀ ਲੱਤਵਾਂ ਤੋੜਵਾਏਗਾ ਤਾਂ ਦੂਜਿਆਂ ਦੀ ਵੀ ਲੱਤਵਾਂ ਤੋੜੇਗਾ, ਗੱਡੀ ਦਾ ਵੀ ਨੁਕਸਾਨ ਕਰੇਗਾ।
इसलिए जीसस क्राइस्ट ने बड़ी प्यारी गल कही कि मेरे प्रभु का साम्राज्य तुहाडा ही है, पर उस साम्राज्य की कुंजी मिलती उन्हां नूं है जिहड़े उस साम्राज्य नूं पाण दे लायक बणदे है। लायक बण दा मतलब की है? लायक बण दा मतलब की है कि सानूं अपनी करनी अच्छी करनी पएगी, सानूं अपने सुभाव अंदर प्रेम लियाना पएगा, सानूं अपने सुभाव अंदर बदलाव लियाना पएगा, फिर ही असीं अपने प्रभु दे साम्राज्य नूं जित सकदे हां। पर असीं करदे की हां? मौका सानूं परमात्मा दिंदा है राज्य नूं जित्तण दा, सिंघासन तक पहुंचण दा, पर असीं सिंघासन तक पहुंचण दी बजाय बस सपनियां जी खोई रहिंदे, सपनियां जी खोई रहिंदे। इसलिए हर एक बंदा सोचां जी खोया है, और सपना जरूरी नहीं कि रात नूं सुत्ता ही बंदा देखे, जीदा जागदा बंदा तुरदे फिरदियां भी कई सोचां च गुआचा होया है, ऐदां करना है टाइम इत्थों निकलदा जा रहा है। इसलिए वजीर भी दो तीन दिन तो उन्हें इदां ही गुआ ले सोचां विच ही, और यही हालत इंसान की है। इंसान भी सोचा जी इन्ना कीमती समा गुआ लैंदा, इहदा तुसीं आप सोच के देख लो, आप तुसीं अपने आप नूं पुछ लो कि मेरे जीवन दे किन्ने साल है। जे फर्ज करो किसी की 30 साल उम्र है, किसी की 40 है, किसी की 50 है, किसी की 60 है, किसी 70 है, तो अपने आप तो ही जवाब ले लो कि अपनी 60 साल की उम्र च मैं किन्नियां गल्लां सोचा जी वो कम कर ही नहीं पाया, बस सोच च ही रह गया। बंदा कहिंदा सोचिया तां बहुत कुछ पर होया कुछ भी नहीं, हुण होना किदां है? सोच नाल कुछ नहीं हुंदा। एक बंदा सोचे मैं चाह पीनी है, हुण सोची जावे चाह पीनी है तो सोच नाल चाह नहीं बननी। एक बंदा कहिंदा मैं चाह पीनी है तो उठ के एक्शन लैंदा है, उठ के कम करदा है, उठदा है, पतीली रखदा है, पानी पांदा है, दुध पांदा है, पत्ती पांदा है, चाह बन जांदी पी लैंदा है। सोचण दे नाल कुछ नहीं हुंदा। जे असीं जीवन च कामयाब होना है तां सोच दे नाल नाल सानूं एक्शन भी लैणा पैंदा है, कर्म भी करना पैंदा है, मेहनत भी करनी पैंदी है, फिर ही असीं मंजिल ते पहुंचदे हां। इसलिए इधर वजीर सोच ही रहा है। दो चार दिन पांच दिन गुजर गए सोचां च, 25 दिन रह गए, फिर पत्नी ने जगाया वजीर नूं, ओ महाराज उठो, तीन सवाल लपणे आ, तां ही इह साम्राज्य खड़ा होना है, तां ही उह सिंघासन बनना है, तां ही उह ताज सिर ते आना है, तां ही उह महल दी बुनियाद नींव रखनी है। जे तिन्नां सवालां दे जवाब मिलणगे, इत्थे बैठियां बैठियां नूं जवाब नहीं मिलने, इदां सोचण नाल महल नहीं बनने, जाओ जाके जवाब लभो। क्योंकि पत्नी नूं पता लग गया सी राजे ने फरमान जारी किया है, तो पत्नी ने यह भी गल कही कि सिर्फ राजा ना देखो, ओदे नाल नाल जिहड़ी मौत खड़ी है ना, वो मौत नूं भी देखो कि तुसीं राज दा तां सोच रहे हो इदां दी कुर्सी बनानी है, इदां दा महल बनाना है, इदां दा मैं आ कम करना है, तो यह नहीं सोचते जे ना होया तो 30 दिनों बाद फांसी भी है, ये गर्दन भी कट्टी जानी है, ये गर्दन भी जानी है। इसलिए हुण सिर्फ लालच विच नहीं, ये भी देखो मौत आ रही है, मैं कुछ अच्छा कर लवां। इसलिए इत्थे तुहानूं भी एक गल कहांगे कि बंदा ये तो सोचता है मैं ये करना है, मैं वो करना, पर यह भी भुल जाता है कि धीरे धीरे मौत भी मेरी तरफ वधदी जा रही है, मेरा समा घटदा जा रहा है, इसलिए मैं किहड़े भुलेखे च पिया होया। हुण वजीर नूं जदों पत्नी ने झंझोड़िया हिलाया कि सपनियां चों बाहर निकलो, महल फिर मिलेगा अगर कोशिश करोगे, ये तो मौत भी खड़ी है। वजीर नूं होश आई, दौड़िया वजीर फिर घरों, जाके बड़े बड़े ज्ञानियों नूं, बड़े बड़े पंडितां पुरोहितां नूं मिलिया, बड़े बड़े ज्ञानवान लोगों नूं मिलिया, तिन्ने ही सवालों के जवाब पूछे पर कोई जवाब नहीं दस सकिया, जवाब कईआं ने दित्ते पर तसली नहीं हुई, तसली नहीं मन नूं वजीर दे होई, क्योंकि बादशाह ने भी कहा सी मेरे मन नूं तसली होनी चाहीदी है, तो वजीर कहिंदा कि इन्हां दे जवाबां नाल मेरे मन नूं तसली नहीं होई तो बादशाह नूं तसली कित्थों होई। इसलिए हुण वजीर की परेशानी शुरू हो गई कि मैं तो सोचता सी बड़े छोटे सवाल है मैनू जवाब मिल जाएगा, पर ये तो हुण सवाल ही बड़े हो गए। हुण जिदा जिदा समा बीतता जा रहा वजीर की टेंशन बढ़ती जा रही है, चिंता बढ़ती जा रही है, जवाब कितों मिल नहीं रहा। आखिर करद्या करद्या दिन गुजरते गए और अज 29 दिन हो गए पर वजीर नूं जवाब नहीं मिले। हुण एक दिन वजीर का रह गया है, हुण एक दिन रह गया तो वजीर भी टुट चुका है कि हुण महल तां की मिलना, हुण तां जो है मेरे पल्ले ये बची बचाई जिंदगी हुण ये भी चली जानी है। बहुता पाण दे लालच विच जो है उहदा आनंद लिया नहीं तो अज जो है वह भी जा रहा है। कदी ये भी ध्यान देना तुसीं कि बहुता पाण दे चक्कर दे विच जिदा कहा जाता है कि इंसान कहिंदा कि जो मेरे को है थोड़ा है, मैनूं बहुता चाहीदा है, तो बहुते की इच्छा विच बंदे को जो है बंदा उहदा आनंद लेना भी भुल जाता है, उहदी खुशी भी बंदा भुल जाता है,
ठीक है मौते दी आस रखिए पर जिन्ना अज है उदा आनंद भी लईए उदा शुक्र भी करिए कह मेरे रब तू अज जिन्ना भी दिता है मेरे मालिक बहुत दिता है शुक्र है ठीक है असीं मेहनत करांगे कोशिश करांगे ते एक दिन बहुता भी मिलेगा पर अज बहुते दी इच्छा विच ये अज दा आनंद ना लईए तां फिर तां ओह इंसान दी ना समझी अज इंसान सोचे कि मैं सोने दी थाली च खाना खाना है ਤਾਂ ਭਾਈ ਜੇ ਅੱਜ ਲੋਹੇ ਦੀ ਥਾਲੀ 'ਚ ਸਟੀਲ ਦੀ ਥਾਲੀ 'ਚ ਖਾਣਾ ਮਿਲਦਾ ਤਾਂ ਉਹਦਾ ਆਨੰਦ ਲੈ ਲੈ ਉਹਦਾ ਸਵਾਦ ਤਾਂ ਲੈ ਲੈ ਠੀਕ ਹੈ ਮਿਹਨਤ ਕਰੀ ਚੱਲ ਕੋਸ਼ਿਸ਼ ਕਰੀ ਚੱਲ ਇੱਕ ਦਿਨ ਸੋਨੇ ਦੀ ਥਾਲੀ ਵੀ ਆ ਜਾਏਗੀ ਪਰ ਜੇ ਅੱਜ ਹੀ ਸੋਚੇ ਕਿ ਸੋਨੇ ਦੀ ਥਾਲੀ 'ਚ ਭੋਜਨ ਕਰਨਾ ਫਿਰ ਆਨੰਦ ਲੈਣਾ ਹੈ ਤਾਂ ਅੱਜ ਦੇ ਭੋਜਨ ਦਾ ਸਵਾਦ ਨਾ ਲਵਾਂ ਫਿਰ ਕਾਹਦੀ ਜ਼ਿੰਦਗੀ ਫਿਰ ਤਾਂ ਪਤਾ ਨਹੀਂ ਨਾ ਸੋਨੇ ਦੀ ਥਾਲੀ ਮਿਲੇਗੀ ਤਾਂ ਨਾ ਹੀ ਅੱਜ ਦੇ ਭੋਜਨ ਦਾ ਆਨੰਦ ਲੈ ਪਾਏ ਇਸ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਹਮੇਸ਼ਾ ਜੋ ਹੈ ਉਹਦਾ ਸ਼ੁਕਰ ਨਹੀਂ ਕਰਦਾ ਬਸ ਆਉਣ ਵਾਲੀ ਚੀਜ਼ ਦੀ ਚਿੰਤਾ ਕਰੀ ਜਾਂਦਾ ਹੈ ਅਸੀਂ ਕਹਿੰਦੇ ਜੋ ਪਰਮਾਤਮਾ ਦਿੱਤਾ ਉਹਦਾ ਸ਼ੁਕਰ ਕਰਨਾ ਸਿੱਖੋ ਕਿਉਂਕਿ ਕੱਲ ਕਾ ਦਿਨ ਕਿਸਨੇ ਦੇਖਾ ਹੈ ਕੱਲ ਕਾ ਦਿਨ ਕਿਸਨੇ ਦੇਖਾ ਹੈ ਆਜ ਕਾ ਦਿਨ ਵੀ ਖੋਏ ਕਿਉਂ ਇਹ ਲਾਈਨ ਲਿਖ ਲਓ ਆਪਣੇ ਦਿਲਾਂ ਤੇ ਕੱਲ ਕਾ ਦਿਨ ਕਿਸਨੇ ਦੇਖਾ ਹੈ ਆਜ ਕਾ ਦਿਨ ਵੀ ਖੋਏ ਕਿਉਂ ਜਿਨ ਘੜੀਓ ਮੇ ਹੱਸ ਸਕਤੇ ਹੈ ਉਨ ਘੜੀਓ ਮੇ ਰੋਏ ਕਿਉਂ ਇਹ ਕੱਲ ਦਾ ਦਿਨ ਤਾਂ ਕਿਸੇ ਨੇ ਦੇਖਿਆ ਨਹੀਂ ਪਰ ਅਸੀਂ ਆਉਣ ਵਾਲੇ ਕੱਲ ਦੀ ਚਿੰਤਾ ਚ ਆਪਣੇ ਅੱਜ ਨੂੰ ਗੁਆਉਂਦੇ ਜਾ ਰਹੇ ਇਸ ਲਈ ਅੱਜ ਗੁਆਓ ਨਾ ਅੱਜ ਨੂੰ ਜੀਓ ਖੁਸ਼ੀ ਦੇ ਨਾਲ ਪ੍ਰੇਮ ਦੇ ਨਾਲ ਉਹ ਕੱਲ ਦਾ ਦਿਨ ਕਿਹਨੇ ਦੇਖਿਆ ਕੱਲ ਆਉਣਾ ਜਾਂ ਨਹੀਂ ਆਉਣਾ ਇਸ ਲਈ ਕੱਲ ਆਏਗਾ ਦੇਖੀ ਜਾਏਗੀ ਅੱਜ ਮੈਨੂੰ ਪ੍ਰਭੂ ਨੇ ਜੀਵਨ ਦਿੱਤਾ ਹੈ ਤਾਂ ਅੱਜ ਤਾਂ ਮੈਂ ਖੁਸ਼ੀ ਮਨਾਵਾਂ ਅੱਜ ਤਾਂ ਮੈਂ ਆਨੰਦਿਤ ਹੋਵਾਂ ਹੁਣ ਇੱਧਰ ਵਜ਼ੀਰ ਦੇਖ ਲਓ ਵਜ਼ੀਰ ਸੋਚ ਰਿਹਾ ਹੈ ਕਿ ਬੜੇ ਰਾਜਿਆਂ ਦੇ ਲਾਲਚ ਵਿੱਚ ਜੋ ਮੇਰੇ ਕੋਲ ਹੈ ਮੇਰੀ ਇਕਲੌਤੀ ਕੀਮਤੀ ਜਾਨ ਉਹ ਵੀ ਚਲੀ ਜਾਣੀ ਹੈ ਸੋ ਵਜ਼ੀਰ ਬੜਾ ਨਿਰਾਸ਼ ਹੋ ਗਿਆ ਬੜਾ ਉਦਾਸ ਹੋ ਗਿਆ ਕਿਤੇ ਵੀ ਉਹਨੂੰ ਜਵਾਬ ਨਹੀਂ ਮਿਲ ਰਹੇ ਤਾਂ ਪਰੇਸ਼ਾਨ ਹੋ ਕੇ ਵਜ਼ੀਰ ਜੰਗਲ ਦੀ ਤਰਫ ਤੁਰ ਪਿਆ ਕਿ ਬੜਾ ਅਪਮਾਨ ਹੋਏਗਾ ਜਦੋਂ ਭਰੀ ਸਭਾ 'ਚ ਮੇਰੀ ਗਰਦਨ ਉਡਾਈ ਜਾਏਗੀ ਜਾਂ ਮੈਨੂੰ ਫਾਂਸੀ ਚੜਾਇਆ ਜਾਏਗਾ ਬੇਇੱਜ਼ਤੀ ਅਲੱਗ ਸਾਰੇ ਮੇਰੇ ਤੇ ਹੱਸਣਗੇ ਕਿ ਚੰਗਾ ਭਲਾ ਤੂੰ ਵਜ਼ੀਰੀ ਦੀ ਨੌਕਰੀ ਕਰ ਰਿਹਾ ਸੀ ਉਹ 'ਚ ਸ਼ੁਕਰ ਕਰ ਲੈਂਦਾ ਲਾਲਚ ਕੀਤਾ ਤਾਂ ਅੱਜ ਜੋ ਪੱਲੇ ਸੀ ਉਹ ਵੀ ਗਵਾ ਲਿਆ ਇਹਦੇ ਨਾਲ ਚੰਗਾ ਵਜ਼ੀਰ ਕਹਿੰਦਾ ਆਪਣੀ ਜਾਨ ਹੀ ਦੇ ਦੇਵਾਂ ਕਿਉਂਕਿ ਭਰੀ ਸਭਾ 'ਚ ਫਾਂਸੀ ਲੱਗਣ ਨਾਲੋਂ ਚੰਗਾ ਹੈ ਆਪਣੀ ਜਾਨ ਚੁੱਪ ਚਪੀਤੀਆਂ ਦੇ ਦੇਵਾਂ ਕਿਸੇ ਨੂੰ ਪਤਾ ਹੀ ਨਾ ਲੱਗੇ ਤੁਰ ਪਿਆ ਜੰਗਲ ਦੀ ਤਰਫ ਔਰ ਜੰਗਲ ਦੀ ਤਰਫ ਜਾ ਰਿਹਾ ਹੈ ਇੱਕ ਨਦੀ ਹੈ ਸੋਚਿਆ ਕਿ ਨਦੀ 'ਚ ਕੂਦ ਕੇ ਆਪਣੀ ਜਾਨ ਦੇ ਦੇਵਾਂ ਹੁਣ ਨਦੀ ਤਰਫ ਜਾ ਰਿਹਾ ਹੈ ਤਾਂ ਜਾਂਦੇ ਜਾਂਦੇ ਨਜ਼ਰ ਕਿੱਥੇ ਗਈ ਕਿ ਨਦੀ ਦੇ ਕਿਨਾਰੇ ਇੱਕ ਝੌਂਪੜੀ ਹੈ ਨਦੀ ਦੇ ਕਿਨਾਰੇ ਇੱਕ ਝੌਂਪੜੀ ਹੈ ਔਰ ਝੌਂਪੜੀ ਦੇ ਬਾਹਰ ਇੱਕ ਫਕੀਰ ਬੈਠੇ ਹੈ ਔਰ ਫਕੀਰਾਂ ਦੇ ਕੋਲ ਇੱਕ ਕੁੱਤਾ ਹੈ ਹੁਣ ਜਦੋਂ ਇਸ ਵਜ਼ੀਰ ਨੇ ਦੇਖਿਆ ਤਾਂ ਕੀ ਦੇਖਿਆ ਕਿ ਫਕੀਰ ਸੁੱਕੀ ਰੋਟੀ ਖਾ ਰਹੇ ਆ ਪਾਣੀ 'ਚ ਡਬੋ ਡਬੋ ਕੇ ਤਾਂ ਉਹਨਾਂ ਦਾ ਕੁੱਤਾ ਦੁੱਧ ਦਾ ਕਟੋਰਾ ਹੈ ਉਹਨੂੰ ਚੱਟ ਰਿਹਾ ਹੈ ਯਾਨੀ ਕੁੱਤਾ ਦੁੱਧ ਪੀ ਰਿਹਾ ਹੈ ਤਾਂ ਫਕੀਰ ਸੁੱਕੀ ਰੋਟੀ ਪਾਣੀ 'ਚ ਡਬੋ ਕੇ ਖਾ ਰਿਹਾ ਵਜ਼ੀਰ ਨੇ ਜਦੋਂ ਦੇਖਿਆ ਹੈਰਾਨ ਰਹਿ ਗਿਆ ਵਜ਼ੀਰ ਕਮਾਲ ਦੀ ਗੱਲ ਹੈ ਇਹਨਾਂ ਨੂੰ ਤਾਂ ਚਾਹੀਦਾ ਸੀ ਆਪ ਦੁੱਧ ਪੀਂਦੇ ਰੋਟੀ ਨੂੰ ਦੁੱਧ ਭਿਓ ਕੇ ਦੁੱਧ 'ਚ ਡਬੋ ਕੇ ਖਾਂਦੇ ਤਾਂ ਕੁੱਤੇ ਨੂੰ ਪਾਣੀ ਪਿਲਾਉਂਦੇ ਪਰ ਇਹ ਉਲਟਾ ਕਰ ਰਹੇ ਆਪ ਰੁੱਖੀ ਰੋਟੀ ਖਾ ਰਹੇ ਤਾਂ ਕੁੱਤੇ ਨੂੰ ਦੁੱਧ ਚੜਾ ਰਹੇ ਆ ਬੜੀ ਹੈਰਾਨੀ ਹੋਈ ਵਜ਼ੀਰ ਨੂੰ ਕਿ ਉਹਨਾਂ ਸਵਾਲਾਂ ਦੇ ਜਵਾਬ ਤਾਂ ਮਿਲੇ ਨਹੀਂ ਪਰ ਆਹ ਜਿਹੜਾ ਮਨ 'ਚ ਸਵਾਲ ਪੈਦਾ ਹੋ ਗਿਆ ਫਕੀਰ ਨੂੰ ਦੇਖ ਕੇ ਜਰਾ ਇਹਨੂੰ ਤਾਂ ਜਵਾਬ ਪੁੱਛ ਲਈਏ ਕਿ ਭਾਈ ਇਹ ਕਿਉਂ ਕਰ ਰਿਹਾ ਹੁਣ ਕਹਿੰਦੇ ਵਜ਼ੀਰ ਨੇ ਕਿਹਾ ਮਰ ਤਾਂ ਜਾਣਾ ਹੀ ਹੈ ਪਰ ਮਰਨ ਤੋਂ ਪਹਿਲਾਂ ਇਹ ਤਾਂ ਪੁੱਛ ਲਵਾਂ ਮਹਾਰਾਜ ਤੁਸੀਂ ਆਪ ਸੁੱਕੀ ਰੋਟੀ ਪਾਣੀ 'ਚ ਡਬੋ ਡਬੋ ਕੇ ਖਾ ਰਹੇ ਹੋ ਤਾਂ ਕੁੱਤੇ ਨੂੰ ਦੁੱਧ ਚਟਾ ਰਹੇ ਹੋ ਇਹਦਾ ਕਾਰਨ ਕੀ ਹੈ ਇਹ ਸੋਚ ਕੇ ਜਿੰਨੇ ਉਹ ਵਜ਼ੀਰ ਫਕੀਰਾਂ ਵੱਲ ਵਧਿਆ ਔਰ ਫਕੀਰਾਂ ਨੇ ਉਸ ਵਜ਼ੀਰ ਨੂੰ ਆਉਂਦਿਆਂ ਦੇਖਿਆ ਤਾਂ ਫਕੀਰ ਆਉਂਦੇ ਹੀ ਮੁਸਕੁਰਾ ਪਏ ਵਜ਼ੀਰ ਆ ਗਿਆ ਹੁਣ ਤੂੰ ਸਹੀ ਜਗ੍ਹਾ ਪਹੁੰਚ ਗਿਆ ਕਿਉਂਕਿ ਸਾਨੂੰ ਪਤਾ ਤੇਰੇ ਕੋਲ ਤਿੰਨ ਸਵਾਲ ਹੈ ਜਿਨ੍ਹਾਂ ਦਾ ਜਵਾਬ ਤੈਨੂੰ ਨਹੀਂ ਮਿਲਿਆ ਔਰ ਹੁਣ ਤੂੰ ਪਰੇਸ਼ਾਨ ਹੋ ਕੇ ਨਦੀ ਨੂੰ ਜਾ ਰਿਹਾ ਮਰਨ ਉਹ ਵਜ਼ੀਰ ਹੈਰਾਨ ਰਹਿ ਗਿਆ ਕਿ ਇਹਨਾਂ ਨੂੰ ਕਿੱਦਾਂ ਪਤਾ ਮੈਂ ਵਜ਼ੀਰ ਹਾਂ ਇਹਨਾਂ ਨੂੰ ਕਿੱਦਾਂ ਪਤਾ ਕਿ ਮੈਂ ਤਿੰਨ ਸਵਾਲਾਂ ਦੇ ਜਵਾਬ ਲੱਭ ਰਿਹਾ ਹਾਂ ਇਹਨਾਂ ਨੂੰ ਕਿੱਦਾਂ ਪਤਾ ਕਿ ਮੈਨੂੰ ਜਵਾਬ ਨਹੀਂ ਮਿਲਿਆ ਤਾਂ ਮੈਂ ਮਰਨ ਜਾ ਰਿਹਾ ਇਹ ਕਿੱਦਾਂ ਜਾਣਦੇ ਆ ਵਜ਼ੀਰ ਬੜਾ ਹੈਰਾਨ ਹੋਇਆ ਔਰ ਫਕੀਰਾਂ ਨੂੰ ਪੁੱਛਣ ਲੱਗਾ ਕਿ ਮਹਾਰਾਜ ਤੁਹਾਨੂੰ ਕਿੱਦਾਂ ਪਤਾ ਕਿ ਮੈਂ ਵਜ਼ੀਰ ਹਾਂ ਔਰ ਮੈਂ ਤਿੰਨ ਸਵਾਲਾਂ ਦਾ ਜਵਾਬ ਲੱਭ ਰਿਹਾ ਹਾਂ ਤਾਂ ਉਸਲੇ ਫਕੀਰਾਂ ਨੇ ਕਿਹਾ ਕਿ ਠਹਿਰ ਤੈਨੂੰ ਹੁਣੇ ਦੱਸਦੇ ਆ ਕਿ ਸਾਨੂੰ ਕਿੱਦਾਂ ਪਤਾ ਕਹਿ ਕੇ ਫਕੀਰ ਅੰਦਰ ਗਏ ਅੰਦਰੋਂ ਇੱਕ ਪੋਥਲੀ ਲਿਆਂਦੀ ਕੱਪੜੇ ਦੀ ਪੋਥਲੀ ਜਿਹਨੂੰ ਗੱਠ ਬੰਨੀ ਹੋਈ ਸੀ ਫਕੀਰਾਂ ਨੇ ਪੋਥਲੀ ਵਜ਼ੀਰ ਨੂੰ ਸੁੱਟੀ ਕੇ ਲੈ ਇਹਨੂੰ ਦੇਖ ਜਦੋਂ ਵਜ਼ੀਰ ਨੇ ਪੋਥਲੀ ਖੋਲੀ ਵਿੱਚ ਦੇਖਿਆ
ਵਿੱਚ ਵਜ਼ੀਰਾਂ ਵਾਲੇ ਕੱਪੜੇ ਹੈ। ਉਹ ਕਹਿੰਦਾ ਮਹਾਰਾਜ ਇਹ ਤਾਂ ਵਜ਼ੀਰਾਂ ਵਾਲੇ ਕੱਪੜੇ ਹੈ, ਇਹ ਤੁਹਾਡੇ ਕੋਲ ਕਿੱਦਾਂ? ਫਕੀਰ ਕਹਿੰਦੇ ਕਦੀ ਅਸੀਂ ਵੀ ਵਜ਼ੀਰ ਸੀ ਔਰ ਕਦੀ ਸਾਨੂੰ ਵੀ ਇਹ ਤਿੰਨ ਸਵਾਲ ਮਿਲੇ ਸੀ ਜਿੱਦਾਂ ਦਾ ਸਵਾਲ ਤੂੰ ਬਾਦਸ਼ਾਹ ਨੂੰ ਕੀਤਾ। ਇੱਕ ਦਿਨ ਅਸੀਂ ਵੀ ਮੂਰਖਤਾ ਨਾਲ ਜਦੋਂ ਵਜ਼ੀਰ ਸੀ ਉਦੋਂ ਇਹ ਸਵਾਲ ਬਾਦਸ਼ਾਹ ਨੂੰ ਕਰ ਚੁੱਕੇ ਸੀ, ਪਰ ਮੈਂ ਬਾਅਦ ਚੋਂ ਜਾਣਿਆ ਕਿ ਸ਼ੁਕਰ ਹੈ ਉਹ ਤਿੰਨ ਸਵਾਲ ਪੁੱਛੇ ਤਾਂ ਮੇਰਾ ਪੂਰਾ ਜੀਵਨ ਬਦਲ ਗਿਆ। ਉਹ ਵਜ਼ੀਰ ਕਹਿੰਦਾ ਮਹਾਰਾਜ ਤੁਸੀਂ ਵਜ਼ੀਰ ਸੀ, ਫਿਰ ਤੁਹਾਨੂੰ ਜਵਾਬ ਮਿਲਿਆ ਕਿ ਨਹੀਂ? ਫਕੀਰ ਕਹਿੰਦੇ ਜਵਾਬ ਮਿਲਿਆ ਸੀ, ਤਾਂ ਹੀ ਤਾਂ ਇੱਥੇ ਬੈਠੇ ਹਾਂ। ਜੇ ਜਵਾਬ ਨਾ ਮਿਲਿਆ ਹੁੰਦਾ ਅਸੀਂ ਵੀ ਤੇਰੀ ਤਰ੍ਹਾਂ ਜਾਂ ਤਾਂ ਮਰੇ ਹੋਣਾ ਸੀ ਜਾਂ ਫਾਂਸੀ ਚੜੇ ਹੋਣਾ ਸੀ, ਯਾਨੀ ਜਾਂ ਤਾਂ ਨਦੀ 'ਚ ਕੁੱਦ ਕੇ ਜਾਨ ਦਿੱਤੀ ਹੋਣੀ ਸੀ ਜਾਂ ਫਿਰ ਰਾਜੇ ਹੱਥੋਂ ਫਾਂਸੀ ਚੜੇ ਹੋਣਾ ਸੀ। ਜੇ ਬੈਠੇ ਹਾਂ ਤਾਂ ਇਹਦਾ ਮਤਲਬ ਜਵਾਬ ਮਿਲਿਆ ਸੀ, ਤਾਂ ਹੀ ਬੈਠੇ ਹਾਂ। ਉਸ ਵੇਲੇ ਫਿਰ ਵਜ਼ੀਰ ਨੇ ਹੱਥ ਜੋੜੇ ਕਿ ਮਹਾਰਾਜ ਫਿਰ ਮੈਨੂੰ ਵੀ ਜਵਾਬ ਦੱਸ ਦਿਓ ਤਾਂ ਕਿ ਮੇਰੀ ਵੀ ਜਾਨ ਬਚ ਜਾਵੇ, ਤਾਂ ਕਿ ਮੇਰੀ ਵੀ ਜਾਨ ਬਚੇ, ਕਿਉਂਕਿ ਜੇ ਤੁਹਾਨੂੰ ਜਵਾਬ ਮਿਲ ਗਏ ਤੁਸੀਂ ਵੀ ਵਜ਼ੀਰ ਸੀ ਤਾਂ ਮੈਂ ਵੀ ਵਜ਼ੀਰ ਹਾਂ ਔਰ ਮੈਂ ਵੀ ਉਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਲੱਭ ਰਿਹਾ ਹਾਂ, ਤਾਂ ਮੈਨੂੰ ਵੀ ਉਹ ਜਵਾਬ ਦਿਓ ਤਾਂ ਕਿ ਮੇਰੀ ਵੀ ਜਾਨ ਬਚ ਜਾਵੇ। ਉਸ ਲਈ ਫਕੀਰ ਕਹਿੰਦੇ ਠੀਕ ਹੈ ਵਜ਼ੀਰ, ਅਸੀਂ ਤੈਨੂੰ ਤਿੰਨਾਂ ਸਵਾਲਾਂ ਦੇ ਜਵਾਬ ਦੇਵਾਂਗੇ, ਪਰ ਪਹਿਲੇ ਦੋ ਸਵਾਲਾਂ ਦੇ ਜਵਾਬ ਅਸੀਂ ਮੁਫ਼ਤ ਵਿੱਚ ਦੇਵਾਂਗੇ, ਪਰ ਤੀਜੇ ਔਰ ਆਖਰੀ ਸਵਾਲ ਦੇ ਵਾਸਤੇ ਤੈਨੂੰ ਕੀਮਤ ਦੇਣੀ ਪਏਗੀ। ਬੋਲ ਮਨਜ਼ੂਰ ਹੈ? ਵਜ਼ੀਰ ਕਹਿੰਦਾ ਜੀ ਜਾਨ ਜਾ ਰਹੀ ਹੈ, ਹੁਣ ਜਾਨ ਨਾਲੋਂ ਬੜੀ ਤਾਂ ਕੋਈ ਕੀਮਤ ਹੋ ਨਹੀਂ ਸਕਦੀ, ਮੈਨੂੰ ਮਨਜ਼ੂਰ ਹੈ, ਤੁਸੀਂ ਜੋ ਕਹੋਗੇ ਮੈਂ ਕੀਮਤ ਦੇਣ ਨੂੰ ਤਿਆਰ ਹਾਂ, ਬਸ ਮੈਨੂੰ ਤਿੰਨਾਂ ਸਵਾਲਾਂ ਦੇ ਜਵਾਬ ਦੇ ਦਿਓ ਤਾਂ ਕਿ ਮੈਂ ਅੱਧਾ ਰਾਜਾ ਲੈ ਕੇ ਰਾਜਾ ਬਣ ਸਕਾਂ। ਫਕੀਰ ਮੁਸਕੁਰਾਏਗਾ ਕਿ ਠੀਕ ਹੈ, ਫਿਰ ਸੁਣ ਉਹਨਾਂ ਤਿੰਨਾਂ ਸਵਾਲਾਂ ਦੇ ਜਵਾਬ, ਹੁਣ ਜਵਾਬ ਤੁਸੀਂ ਵੀ ਸੁਣ ਲਿਓ ਕਿ ਪਹਿਲਾ ਸਵਾਲ ਵਜ਼ੀਰ ਤੇਰਾ ਹੈ ਕਿ ਜ਼ਿੰਦਗੀ ਦੀ ਸਭ ਤੋਂ ਬੜੀ ਸੱਚਾਈ ਕੀ ਹੈ? ਤਾਂ ਹੁਣ ਤੁਸੀਂ ਦੱਸੋ ਕੀ ਜਵਾਬ ਦਿੱਤਾ ਫਕੀਰਾਂ ਨੇ, ਜ਼ਿੰਦਗੀ ਦੀ ਸਭ ਤੋਂ ਬੜੀ ਸੱਚਾਈ ਕੀ ਹੈ? ਵੈਸੇ ਤਾਂ ਸਤਸੰਗ 'ਚ ਬਹੁਤ ਵਾਰ ਦੱਸਿਆ, ਤੁਸੀਂ ਸਮਝਦਾਰ ਬੈਠੇ ਹੋ। ਉਸ ਵੇਲੇ ਫਕੀਰਾਂ ਨੇ ਕਿਹਾ ਜ਼ਿੰਦਗੀ ਦੀ ਸਭ ਤੋਂ ਬੜੀ ਸੱਚਾਈ ਕੀ ਹੈ? ਤਾਂ ਇਹਦਾ ਜਵਾਬ ਹੈ, ਐ ਵਜ਼ੀਰ ਇਹ ਜਵਾਬ ਲਿਖ ਲੈ ਸੁਣ ਲੈ ਕਿ ਜ਼ਿੰਦਗੀ ਦੀ ਸਭ ਤੋਂ ਬੜੀ ਸੱਚਾਈ ਹੈ ਮੌਤ, ਕਿਉਂਕਿ ਇੱਕ ਦਿਨ ਸਭ ਨੇ ਮਰਨਾ ਹੈ, ਇਹ ਸੱਚਾਈ ਹੈ। ਜਿੱਦਾਂ ਗੁਰੂਆਂ ਨੇ ਵੀ ਫਰਮਾਨ ਕੀਤਾ ਨਾ ਕਿ ਮਰਨਾ ਸੱਚ ਹੈ ਜੀਣਾ ਝੂਠ ਹੈ, ਉਹ ਕਹਿੰਦੇ ਜੀਵਨ ਦੀ ਸਭ ਤੋਂ ਬੜੀ ਸੱਚਾਈ ਹੈ ਮੌਤ, ਪਰ ਅੱਜ ਇਨਸਾਨ ਉਹ ਸਭ ਤੋਂ ਬੜੀ ਸੱਚਾਈ ਨੂੰ ਭੁੱਲ ਕੇ ਬੈਠਾ ਹੋਇਆ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਰਾ ਗੌਰ ਕਰਨਾ, ਜਵਾਬ ਦਿਓ ਸਾਨੂੰ ਕਿ ਜ਼ਿੰਦਗੀ ਸਭ ਤੋਂ ਬੜੀ ਸੱਚਾਈ ਕਿਹੜੀ ਹੈ? ਮੌਤ। ਪਰ ਯਾਦ ਕਿਹਨੂੰ ਹੈ? ਸੱਚ। ਭੁੱਲ ਕੇ ਬੈਠੇ ਹਾਂ ਕਿ ਨਹੀਂ? ਜੇ ਯਾਦ ਹੋਵੇ ਕਿ ਜੀਵਨ ਦੀ ਸਭ ਤੋਂ ਬੜੀ ਸੱਚਾਈ ਮੌਤ ਹੈ, ਤਾਂ ਫਿਰ ਬੰਦਾ ਝਗੜੇ ਖਤਮ ਕਰ ਦੇਵੇ, ਫਿਰ ਬੰਦਾ ਨਫ਼ਰਤ ਹੀ ਖਤਮ ਕਰ ਦੇਵੇ, ਫਿਰ ਬੰਦਾ ਕਿਸੇ ਨਾਲ ਵੈਰ ਰੱਖੇ ਹੀ ਨਾ, ਕਿਉਂਕਿ ਪਤਾ ਜਦ ਮਰ ਹੀ ਜਾਣਾ ਤਾਂ 4 ਦਿਨ ਦੀ ਜ਼ਿੰਦਗੀ ਵਾਸਤੇ ਕੀ ਝਗੜੇ ਕਰਨੇ, ਕੀ ਫਸਾਦ ਕਰਨੇ, ਕੀ ਤੂੰ ਮੈਂ ਕਰਨੀ, ਭਾਈ ਇਹ 4 ਦਿਨ ਦੀ ਜ਼ਿੰਦਗੀ ਪਿਆਰ ਨਾਲ ਖੁਸ਼ੀ ਦੇ ਨਾਲ ਗੁਜ਼ਾਰੋ, ਜਦੋਂ ਇੱਥੋਂ ਲਿਜਾਣਾ ਹੀ ਕੁਛ ਨਹੀਂ, ਸਭ ਕੁਛ ਇੱਥੇ ਰਹਿ ਜਾਣਾ ਹੈ, ਤਾਂ ਇਹਨਾਂ ਚੀਜ਼ਾਂ ਕਰਕੇ ਵੀ ਦਿਲ 'ਚ ਨਫ਼ਰਤ ਕਿਉਂ ਰੱਖਣੀ? ਪਰ ਬੰਦਾ ਭੁੱਲ ਗਿਆ ਮੌਤ ਨੂੰ, ਬੰਦਾ ਭੁੱਲ ਗਿਆ ਜੀਵਨ ਦੀ ਅਸਲੀ ਸੱਚਾਈ ਨੂੰ, ਤਾਂ ਹੀ ਤਾਂ ਬੰਦਾ ਅੱਜ ਝਗੜਿਆਂ 'ਚ ਪਿਆ ਹੈ, ਫਸਾਦਾਂ 'ਚ ਪਿਆ ਹੈ, ਅੱਜ ਕੋਰਟ ਕਚਹਿਰੀਆਂ ਦੇ ਕੇਸਾਂ 'ਚ ਪਿਆ ਹੋਇਆ ਹੈ। ਔਰ ਕਈ ਵਾਰ ਇਹ ਦੇਖਿਆ ਹੈ, ਇੱਦਾਂ ਦੇ ਬੰਦੇ ਵੀ ਦੇਖੇ ਹੈ ਕਿ ਝਗੜਾ ਕਰਕੇ ਕਚਹਿਰੀਆਂ 'ਚ ਕੇਸ ਚੱਲਦਾ ਹੈ, ਉਹ ਕੇਸ ਨਹੀਂ ਮੁੱਕਦਾ, ਬੰਦਾ ਮੁੱਕ ਜਾਂਦਾ, ਬੰਦੇ ਦੀ ਤਰੀਕ ਆ ਜਾਂਦੀ ਪਰ ਉਹ ਕੋਰਟ ਦੀ ਤਰੀਕ ਨਹੀਂ ਆ ਪਾਉਂਦੀ, ਕਿਉਂਕਿ ਜ਼ਮੀਨਾਂ ਦੇ ਕੇਸ ਚੱਲਦੇ ਹੈ, ਉਹ ਭਾਈ 2 ਸਾਲ ਬਾਅਦ ਤਰੀਕ ਪੈ ਗਈ, 6 ਮਹੀਨੇ ਬਾਅਦ ਤਰੀਕ ਪੈ ਗਈ, ਤਾਂ ਬੰਦੇ ਦੇ ਇੱਕ ਪਲ ਦਾ ਪਤਾ ਨਹੀਂ। ਕਈ ਵਾਰ ਦੇਖਿਆ ਹੈ ਕਿ ਬੰਦਾ ਮਰ ਗਿਆ ਤਾਂ ਬਾਅਦ ਚੋਂ ਕਹਿੰਦੇ ਹੁਣ ਤਰੀਕਾਂ ਪੈ ਰਹੀਆਂ, ਹੋ ਜਾਂਦਾ ਕਿ ਨਹੀਂ? ਸੋ ਕਹਿਣ ਦਾ ਮਤਲਬ ਇਹ ਕਿ ਝਗੜਿਆਂ 'ਚ ਕੀ ਹੈ, ਫਸਾਦਾਂ 'ਚ ਕੀ ਹੈ? ਜਿਹੜਾ ਪਲ ਅਸੀਂ ਆਨੰਦ ਨਾਲ ਗੁਜ਼ਾਰ ਸਕਦੇ ਹਾਂ, ਪ੍ਰੇਮ ਨਾਲ ਗੁਜ਼ਾਰ ਸਕਦੇ ਹਾਂ, ਖੁਸ਼ੀ ਨਾਲ ਗੁਜ਼ਾਰ ਸਕਦੇ ਹਾਂ, ਅਗਰ ਉਹੀ ਪਲ ਉਹੀ ਘੜੀਆਂ ਝਗੜੇ 'ਚ ਗੁਜ਼ਾਰ ਦਈਏ ਤਾਂ ਫਿਰ ਸਾਡੀ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਹੁਣ ਫਰਜ਼ ਕਰੋ ਅਸੀਂ 2 ਘੰਟੇ ਪੰਡਾਲ 'ਚ ਬੈਠਣਾ ਹੈ, ਹੁਣ 2 ਘੰਟੇ ਅਸੀਂ ਖੁਸ਼ੀ ਨਾਲ ਵੀ ਬਹਿ ਸਕਦੇ ਹਾਂ, ਆਨੰਦ ਨਾਲ ਵੀ ਬਹਿ ਸਕਦੇ ਹਾਂ, ਤਾਂ 2 ਘੰਟੇ ਅਸੀਂ ਇੱਕ ਦੂਜੇ ਨਾਲ ਲੜਦੇ ਹੋਏ ਝਗੜਾ ਕਰਦੇ ਵੀ ਬਹਿ ਸਕਦੇ ਹਾਂ, ਤਾਂ ਜੇ ਪਤਾ ਹੀ ਹੈ ਕਿ 2 ਘੰਟੇ ਬਾਅਦ ਪੰਡਾਲ 'ਚੋਂ ਬਾਹਰ ਚਲੇ ਹੀ ਜਾਣਾ, ਤਾਂ ਭਾਈ ਜਿਹੜੇ 2 ਘੰਟੇ ਮਿਲੇ ਪਿਆਰ ਨਾਲ ਹੀ ਗੁਜ਼ਾਰ ਲਓ, ਫਿਰ ਕਾਹਦੇ ਲੜਾਈ ਕਰਨੀ, ਕਾਹਦੇ ਨਫ਼ਰਤ ਰੱਖਣੀ, ਕਾਹਦੇ ਇੱਕ ਦੂਜੇ ਨੂੰ ਨਿੰਦੀ ਜਾਣਾ? ਨਹੀਂ, ਜਿਹੜਾ ਸਮਝਦਾਰ ਹੈ, ਜਿਹਨੂੰ ਮੌਤ ਯਾਦ ਹੈ, ਉਹ ਫਿਰ ਝਗੜਿਆਂ 'ਚ ਨਹੀਂ ਪੈਂਦਾ, ਉਹ ਕਹਿੰਦਾ 4 ਦਿਨ ਦੀ ਜ਼ਿੰਦਗੀ ਹੈ, ਪਿਆਰ ਨਾਲ ਜੀ ਲਓ। ਇਸ ਲਈ ਜੇ ਤੁਸੀਂ ਇਹ ਮੰਨਦੇ ਹੋ ਕਿ ਜੀਵਨ ਦੀ ਸਭ ਤੋਂ ਬੜੀ ਸੱਚਾਈ ਮੌਤ ਹੈ, ਤਾਂ ਫਿਰ ਇਹ ਗੱਲ ਨੂੰ ਯਾਦ ਵੀ ਰੱਖੋ, ਉੱਠਦੇ ਬੈਠਦੇ ਯਾਦ ਵੀ ਰੱਖੋ ਕਿ ਇੱਕ ਦਿਨ ਮੈਂ ਮਰਨਾ ਆ, ਇਸ ਲਈ ਮਰਨ ਤੋਂ ਪਹਿਲਾਂ ਮੈਂ ਅੱਛਾ ਕਰਮ ਕਰ ਜਾਵਾਂ, ਮੈਂ ਸਭ ਨੂੰ ਖੁਸ਼ੀ ਦੇ ਦੇਵਾਂ, ਮੈਂ ਸਭ ਨਾਲ ਪਿਆਰ ਨਾਲ ਬੋਲ ਲਵਾਂ, ਸਭ ਦੇ ਨਾਲ ਮਿਲ ਜੁਲ ਕੇ ਬੈਠਾਂ ਔਰ ਆਪਣੇ ਰੱਬ ਦਾ ਸ਼ੁਕਰ ਕਰਾਂ, ਆਪਣੇ ਰੱਬ ਨੂੰ ਯਾਦ ਕਰਾਂ, ਆਪਣੀ ਜ਼ਿੰਦਗੀ 'ਚ ਮੈਂ ਰੱਬ ਦਾ ਸ਼ੁਕਰ ਕਰਾਂ ਔਰ ਰੱਬ ਦਾ ਧੰਨਵਾਦ ਕਰਾਂ ਜੀਵਨ ਦੇਣ ਵਾਸਤੇ, ਤਾਂ ਦੂਜਿਆਂ ਜੀਵਨ 'ਚ ਵੀ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕਰਾਂ।
फिर ही जिंदगी सफल। हुण वजीर ने सुनिया, वजीर कहिंदा ठीक है, क्योंकि हुण तां शक वाली गल ही कोई नहीं सी, उहनूं पता सी फकीर भी इक वजीर है, इसलिए इन्हां ने जवाब दित्ता तां सच है। इसलिए उन्हें कहा जी ठीक, जीवन की सब तो बड़ी सच्चाई मौत, हुण दूजा जवाब दे दो कि जीवन जिंदगी का सब तो बड़ा धोखा कि है। उसने फकीर मुस्कुराए, कहते वजीर हाले भी नहीं समझिया, यह जिंदगी का सब तो बड़ा धोखा यह जिंदगी खुद है। समझ दोग नहीं, असं धोखेबाज कि कहते हैं, धोखेबाज कह दें जो किसी पल भी साडा साथ छड़ सकता है। बंदा कहता बड़ा धोखेबाज निकल साथ ही छड़ गया, नहीं तो होर धोखा कि कहते हैं। तुसी धोखेबाज कि कहोगे, धोखेबाज उन्हें कहोगे जिहड़ा एक मिनट तुहाडा साथ छड़ गया, एक मिनट बदल गया। फकीर कहिंदे जीवन का सब तो बड़ा धोखा जीवन खुद है, क्योंकि पता नहीं किस पल ने मेरा साथ छड़ देना है, किस पल ने तैनूं धोखा दे के तेरा साथ छड़ देना है। इसलिए यह जीवन के धोखे च ना, धोखे का मतलब इदा ना समझ के जिंदगी ने सदा मेरे नाल रहना है। बंदा कहिंदा मैं मरना ही नहीं कदी, नहीं, ये जीवन इदा का है किसे पल भी तेरा साथ छड़ सकता है। पता नहीं अगला साथ आना इन्हां नाल होना है या नहीं, एक पल में जिंदगी तेन छड़ सकती है। इसलिए पूछो उन्हां मरन वालिया ने जेड़े मौत के किनारे खड़े है, कि वो मरन लगे भी यही सोचते मैं नहीं मरना, मैनू कुछ नहीं होना, पर पता ही उदो लगता जो साह की डोर टुट जाती है, तो फिर पता लगता होना ही सी होना ही है नहीं। वजीर कहता है भी ठीक है, हुण महाराज तीजे सवाल का जवाब भी दे दो कि इंसान की सब तो बड़ी कमजोरी की है। फकीर कहते हुण तीजे सवाल का जवाब, मैं तेनों कहा सी कि दो सवालों के जवाब मुफ्त दऊं, पर तीजे सवाल की तेनों कीमत देनी पैनी है। वजीर कहता जी मैं कीमत देने को तैयार हाँ, दसो की कीमत है, कितना धन चाहिए है, की तुहानू चाहिए है। जदों इदां दी गल कही तां फकीर हसे, कहिंदे वजीर जे धन की लोड़ हुंदी तां असीं फकीरी ना लैंदे। जे कहिंदा कितना धन चाहिए है, पदार्थ चाहिए नहीं, कहिंदे जी फिर की कीमत देवां। वो कहिंदे कीमत आ मेरा कुत्ता दुध पी रहा है ना, ये दुध तू चकदा तू पी, ये कीमत है, ये दुध पी लेगा तो जवाब मिल जाएगा, जे दुध नहीं पीएगा तो फिर तीजे सवाल का जवाब नहीं मिलना। हुण वजीर ने देखा कि मैं अपने अखी देखा कुत्ता चट रहा है दुध में, प्याला है दुध पिया है कुत्ता पी रहा है, क्योंकि सवाल आया सी मंझ के फकीर आप पानी च सुकी रोटी डुबो डुबो के खा रहे, कुत्ते नूं दुध चटा रहे, ये क्यों? हालांकि दुध इन्हां नूं आप पीना चाहिए है, सुकी रोटी कुत्ते नूं खिलानी चाहिए, उल्टा कर रहे हैं। हुण उही अखी देखिया होया कुत्ता दुध चटदा, हुण दुध पीता किदा जाता। वजीर सोच च पै गया, कहिंदा महाराज कुत्ते दा झूठा दुध पीवां? फकीर कहिंदे वे तेरी मौज है, जां तां दुध पी लै जां फिर गर्दन कटाण नूं तैयार रह, सामने नदी वग रही है जां नदी च छाल मारन नूं तैयार है, दो ही गल्लां देखो, जां जान दे दे जां दुध पी लै। तां फिर वजीर ने सोचिया कि कोई गल नहीं, जे जान दी कीमत कुत्ते दा झूठा दुध है तां बड़ी छोटी कीमत है, क्योंकि जान बहुत कीमती है, तां दुध की है? दुध तां कई वारी बिल्ली मूंह मार जांदी है, कुत्ता मूंह मार जांदा है, तां सानूं पता ना लगे तां वी खा पी लईदा है, कोई गल नहीं, अखी देखिया कोई गल नहीं। हुण तुसीं की सोचदे हो, हलवाइयां दी दुकान तों तुसीं मठियाई लैंदे हो तां तुहानूं पता पिछे की कुछ घुमदा है, बंदा सामने देखदा मक्खी है नहीं, तां जिथे ओह बणदा है ना उत्थे देखो कदी जाके, फिर सारी कसर निकल जाएगी कि किदां मक्खियां जमघट ला के बैठियां है, उहनां दे हथ किदां है, उहनां दे बनाउण दा ढंग की है। जे बंदा एक बार देख लवे तां शायद दुबारा ओह मठियाई खावे। और सच्ची गल दसदे आ, असीं अग्गे खा लईदी सी कदी कदी मठियाई, पर जदों इह मंदर देखिया हुण असीं मिठे नूं हथ नहीं लांदे, कहिंदे भाई इदां ही ठीक है, क्योंकि जो अखी कोई चीज बंदा देख लैंदा है ना तो फिर पता लगता है। नहीं तो आज जो लोहड़ी आती है तो गच्चक बड़ी लोग खाते हैं मूंगफली के नाल, गोल गोल गच्चक पैकेट बंद मिलती है, बंदा बड़े चा ना खाता है। एक बार किसी ने वीडियो दिखाई सानू कि मालको देखो गच्चक बनती किदा है, वो मजदूर लगे हुए हैं फर्श के उपर गच्चक रख के उपर ठोक ठोक के उन्होंने चौड़ा करते, उत्थे पैरों में घूमी जाते हैं, नंगे पैरों उपर ही पैर रख के घूमी जाते हैं, बाद चो चक चक के पैक कर रहे हैं। यही क्या देखो लोगों ने कहना पैक है बड़ा साफ है खाओ इनू, पर ये नहीं पता जिथों बन के आई है उत्थे हालात की है। हुण वजीर ने भी सोचा, कई बार हो जाता हलवाई की दुकान तो कुछ खाते पीते हैं, मक्खी होंगी है, हलवाई मक्खी कट के सुट दिता, हुण तुसीं सोचो कि दुध की बाल्टी भरी पई है जो दो मक्खियां गिर गई, तो हुण हलवाई ने कोई इन्ना थोड़ी करना है कि मैं दुध सुटा, उन्होंने कहना मक्खी सुटो दुध के पैसे बचाओ। हुण पीण वाले ना देखना दुध साफ आया है, कोई मक्खी नहीं मच्छर नहीं, पर यह नहीं पता कि देण तो पहले ही उहदी सफाई हो चुकी है, हुण उह भी तो बंदा खाता पीता ही है। यही गल वजीर ने सोची, कोई नहीं कुत्ते दा झूठा दुध है जान बचाई है, उन्हें चक्या प्याला वो गट गट करके पी गया।
ਜਦੋਂ ਪੀ ਗਿਆ ਕਹਿੰਦਾ ਲਓ ਮਹਾਰਾਜ ਤੁਹਾਡੀ ਸ਼ਰਤ ਮੈਂ ਪੂਰੀ ਕਰ ਦਿੱਤੀ, ਤੁਹਾਡਾ ਪਿਆਲਾ ਪੀ ਲਿਆ ਕੁੱਤੇ ਦਾ ਜੂਠਾ, ਹੁਣ ਮੈਨੂੰ ਦੱਸੋ ਤੀਜੇ ਸਵਾਲ ਦਾ ਜਵਾਬ। ਤਾਂ ਫਕੀਰ ਹੱਸੇ ਕਹਿੰਦੇ ਤੀਜੇ ਸਵਾਲ ਦਾ ਜਵਾਬ ਕਿ ਇਨਸਾਨ ਦੀ ਸਭ ਤੋਂ ਬੜੀ ਕਮਜ਼ੋਰੀ ਕੀ ਹੈ? ਤਾਂ ਕਹਿੰਦੇ ਇਨਸਾਨ ਦੀ ਸਭ ਤੋਂ ਬੜੀ ਕਮਜ਼ੋਰੀ ਹੈ ਉਹਦੀ ਗਰਜ, ਉਹਦੀਆਂ ਇੱਛਾਵਾਂ। ਦੇਖ ਤੇਰੀ ਇੱਕ ਇੱਛਾ ਨੇ, ਇੱਕ ਰਾਜਿਆਂ ਦੀ ਇੱਛਾ ਨੇ ਤੈਨੂੰ ਕੁੱਤੇ ਦਾ ਜੂਠਾ ਦੁੱਧ ਪੀਣ ਤੇ ਮਜਬੂਰ ਕਰ ਦਿੱਤਾ। ਔਰ ਇਨਸਾਨ ਦੀ ਸਭ ਤੋਂ ਬੜੀ ਕਮਜ਼ੋਰੀ ਉਹਦੀ ਇੱਛਾ ਹੈ। ਜਿੰਨੀਆਂ ਇੱਛਾਵਾਂ ਵੱਧਦੀਆਂ ਉਨਾ ਹੀ ਇਨਸਾਨ ਕਮਜ਼ੋਰ ਹੁੰਦਾ ਚਲਾ ਜਾਂਦਾ ਹੈ, ਤਾਂ ਜਿੰਨੀਆਂ ਇਨਸਾਨ ਦੀਆਂ ਇੱਛਾਵਾਂ ਖਤਮ ਹੁੰਦੀਆਂ ਜਾਂਦੀਆਂ ਉਨਾ ਬੰਦਾ ਮਜ਼ਬੂਤ ਹੁੰਦਾ ਚਲਾ ਜਾਂਦਾ। ਤੁਹਾਡੀ ਕੋਈ ਇੱਛਾ ਹੈ ਨਾ ਕਿਸੇ ਕੋ ਕੁਛ ਲੈਣ ਦੀ, ਤਾਂ ਤੁਸੀਂ ਉਹਦੇ ਸਾਹਮਣੇ ਕਮਜ਼ੋਰ ਹੋ ਜਾਓਗੇ। ਤੁਸੀਂ ਕਹਿਣਾ ਭਾਈ ਇਹਦੇ ਕੋਲ ਮੇਰੀ ਇੱਛਾ ਹੈ ਤਾਂ ਇਹਦੇ ਕੋਲ ਮੈਂ ਬਚ ਕੇ ਰਹਾਂ, ਜੋ ਮੈਨੂੰ ਕਹੇ ਮੈਂ ਕਰਾਂ, ਨਹੀਂ ਤਾਂ ਮੇਰੀ ਇੱਛਾ ਪੂਰੀ ਨਹੀਂ ਹੋਣੀ। ਪਰ ਜੇ ਇੱਛਾ ਹੀ ਨਾ ਹੋਵੇ ਤਾਂ ਫਿਰ ਬੰਦੇ ਅੰਦਰ ਕਮਜ਼ੋਰੀ ਵੀ ਨਹੀਂ ਰਹਿ ਜਾਂਦੀ। ਫਿਰ ਆਪ ਸੋਚ ਕੇ ਦੇਖਦੇ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਤਾਕਤ ਹੁੰਦੀ ਹੈ ਉਹਨਾਂ ਇਨਸਾਨਾਂ ਅੰਦਰ ਜਿਹਨਾਂ ਦੀ ਇੱਛਾਵਾਂ ਘੱਟ ਹੈ। ਤਾਂ ਕਮਜ਼ੋਰ ਉਹ ਇਨਸਾਨ ਹੋ ਜਾਂਦੇ ਆ ਜਿਹਨਾਂ ਦੀਆਂ ਇੱਛਾਵਾਂ ਜ਼ਿਆਦਾ ਹੈ। ਇਸ ਲਈ ਹੁਣ ਤੁਸੀਂ ਵੀ ਆਪਣੀਆਂ ਇੱਛਾਵਾਂ ਨੂੰ ਦੇਖ ਕੇ ਆਪਣੀ ਕਮਜ਼ੋਰੀ ਸਮਝ ਸਕਦੇ ਹੋ ਕਿ ਜਿੰਨੀਆਂ ਮੇਰੀਆਂ ਇੱਛਾਵਾਂ ਉਨੀ ਮੇਰੀ ਕਮਜ਼ੋਰੀ, ਤਾਂ ਜਿੰਨੀ ਮੇਰੀ ਇੱਛਾ ਘੱਟ ਹੈ ਉਨਾ ਮੇਰੇ 'ਚ ਮਜ਼ਬੂਤੀ ਜ਼ਿਆਦਾ ਹੈ। ਕਿਉਂਕਿ ਇਨਸਾਨ ਦੀਆਂ ਇੱਛਾਵਾਂ ਇਨਸਾਨ ਨੂੰ ਤੋੜ ਕੇ ਰੱਖ ਦਿੰਦੀਆਂ। ਫਕੀਰ ਕਹਿੰਦੇ ਅਗਰ ਤੇਰੀ ਇੱਛਾ ਨਾ ਹੁੰਦੀ ਅੱਧਾ ਰਾਜਿਆ ਲੈਣ ਦੀ ਤਾਂ ਫਿਰ ਤੂੰ ਇਹ ਕੁੱਤੇ ਦਾ ਜੂਠਾ ਦੁੱਧ ਪੀਣਾ ਸੀ? ਉਹ ਕਹਿੰਦਾ ਜੀ ਨਹੀਂ। ਤਾਂ ਕਹਿੰਦੇ ਦੇਖ ਲੈ ਤੇਰੀ ਇੱਕ ਇੱਛਾ ਨੇ ਤੈਨੂੰ ਕਿੰਨਾ ਗਿਰਾ ਦਿੱਤਾ। ਕਹਿੰਦੇ ਇਸੇ ਸਵਾਲ ਦੇ ਜਵਾਬ ਨੇ ਮੇਰੀ ਵੀ ਜ਼ਿੰਦਗੀ ਬਦਲ ਦਿੱਤੀ। ਮੈਂ ਵੀ 3 ਸਵਾਲ ਜਾਣ ਲਏ ਸੀ, ਰਾਜੇ ਨੂੰ ਦੱਸ ਦਿੱਤੇ ਸੀ, ਰਾਜੇ ਨੇ ਪਤਾ ਮੇਰੇ ਨਾਮ ਕਰ ਦਿੱਤਾ ਸੀ, ਪਰ ਮੈਂ ਉੱਥੇ ਪਤਾ ਪਾੜਿਆ ਕਿ ਜੇ ਇੱਕ ਇੱਛਾ ਨੇ ਮੈਨੂੰ ਇੰਨਾ ਗਿਰਾ ਦਿੱਤਾ ਤਾਂ ਇਹ ਰਾਜਿਆਂ ਨੂੰ ਪਾ ਕੇ ਹੋਰ ਕਿੰਨੀਆਂ ਇੱਛਾਵਾਂ ਪੈਦਾ ਹੋਣਗੀਆਂ ਤਾਂ ਹੋਰ ਕਿੰਨਾ ਕੁ ਗਿਰਨਾ। ਕਹਿੰਦੇ ਮੇਰੇ ਮਨ ਨੇ ਮੈਨੂੰ ਧਿਕਾਰਿਆ, ਮੈਂ ਪਟਾ ਪਾੜ ਕੇ ਜੰਗਲ 'ਚ ਆ ਕੇ ਰੱਬ ਦੇ ਨਾਮ ਨਾਲ ਜੁੜ ਗਿਆ ਕਿ ਸਭ ਤੋਂ ਬੜਾ ਧੰਨ ਤਾਂ ਉਹਦਾ ਨਾਮ ਹੈ ਉਹਦੇ ਨਾਲ ਜੁੜ। ਹੁਣ ਇਹ ਵਜ਼ੀਰ ਤੇਰੀ ਖੁਸ਼ੀ ਤੂੰ ਕੀ ਕਰਨਾ ਹੈ? ਹੁਣ ਵਜ਼ੀਰ ਨੇ ਸੁਣਿਆ, ਉੱਠ ਕੇ ਜਾਣ ਲੱਗਾ। ਕਹਿੰਦਾ 3 ਸਵਾਲਾਂ ਦੇ ਜਵਾਬ ਤਾਂ ਮਿਲ ਗਏ ਜੋ ਰਾਜੇ ਬਾਦਸ਼ਾਹ ਨੇ ਪੁੱਛੇ ਸੀ, ਪਰ 1 ਸਵਾਲ ਦਾ ਜਵਾਬ ਰਹਿ ਗਿਆ ਜੋ ਮੈਂ ਸੋਚਿਆ ਸੀ ਕਿ ਫਕੀਰ ਆਪ ਪਾਣੀ ਨਾਲ ਰੋਟੀ ਖਾ ਰਿਹਾ ਸੁੱਕੀ ਤਾਂ ਕੁੱਤੇ ਨੂੰ ਦੁੱਧ ਪਿਲਾ ਰਿਹਾ ਕਿਉਂ? ਕਹਿੰਦਾ ਮਹਾਰਾਜ ਹੁਣ ਇਹਦਾ ਜਵਾਬ ਵੀ ਤੁਸੀਂ ਦੇ ਦਿਓ ਜੋ ਮੇਰੇ ਅੰਦਰ ਉੱਠਿਆ ਸੀ, ਕਿਉਂਕਿ ਫਿਰ ਪਤਾ ਨਹੀਂ ਤੁਹਾਡੇ ਨਾਲ ਮੁਲਾਕਾਤ ਹੋਵੇ ਨਾ ਹੋਵੇ, ਇਹ ਸਵਾਲ ਮੇਰੇ ਦਿਲ 'ਚ ਨਾ ਰਹਿ ਜਾਵੇ, ਇਹਨੂੰ ਦੁੱਧ ਕਿਉਂ ਪਿਲਾ ਰਹੇ ਹੋ? ਤਾਂ ਆਪ ਰੁੱਖੇ ਰੋਟੀ ਪਾਣੀ 'ਚ ਭਿਓ ਭਿਓ ਕੇ ਕਿਉਂ ਖਾ ਰਹੇ ਹੋ? ਤਾਂ ਫਕੀਰ ਕਹਿੰਦੇ ਇਹਦਾ ਵੀ ਰਾਜ ਹੈ। ਉਹ ਕਹਿੰਦਾ ਜੀ ਕੀ ਰਾਜ ਹੈ ਦੱਸੋ। ਫਕੀਰ ਕਹਿੰਦੇ ਇਹ ਕੁੱਤਾ ਇਹ ਮੇਰਾ ਵਫਾਦਾਰ ਹੈ, ਯਾਨੀ ਮੈਂ ਇਹਦਾ ਮਾਲਕ ਹਾਂ, ਇਹ ਮੇਰਾ ਵਫਾਦਾਰ ਹੈ, ਇਹ ਸਾਰੀ ਰਾਤ ਜਾਗ ਕੇ ਮੇਰੀ ਕੁੱਲੀ ਦੀ ਰਾਖੀ ਕਰਦਾ ਹੈ, ਮੇਰੇ ਇਸ਼ਾਰੇ ਤੇ ਖੜਦਾ ਹੈ, ਮੇਰੇ ਇਸ਼ਾਰੇ ਤੇ ਬਹਿੰਦਾ ਹੈ, ਮੇਰੇ ਇਸ਼ਾਰੇ ਤੇ ਦੂਰ ਜਾਂਦਾ, ਮੇਰੇ ਇਸ਼ਾਰੇ ਤੇ ਕੋਲ ਆਉਂਦਾ ਹੈ। ਹੁਣ ਇਹ ਆਪਣੇ ਮਾਲਿਕ ਦਾ ਵਫਾਦਾਰ ਹੈ, ਔਰ ਜੋ ਆਪਣੇ ਮਾਲਿਕ ਦਾ ਵਫਾਦਾਰ ਹੋਵੇ ਦੁੱਧ ਪੀਣ ਦਾ ਹੱਕਦਾਰ ਵੀ ਉਹੀ ਹੁੰਦਾ ਹੈ। ਤਾਂ ਮੇਰਾ ਮਾਲਿਕ ਮੇਰਾ ਰੱਬ ਮੈਨੂੰ ਦੇਣ ਵਾਲਾ, ਪਰ ਹਾਲੇ ਮੈਂ ਉਹਦੇ ਹੁਕਮ ਅੰਦਰ ਚੱਲ ਹੀ ਨਹੀਂ ਪਾਉਂਦਾ, ਹਾਲੇ ਮੈਂ ਪੂਰੀ ਤਰ੍ਹਾਂ ਉਹਦੀ ਭਗਤੀ ਨਹੀਂ ਕਰ ਪਾਉਂਦਾ, ਹਾਲੇ ਮੇਰੇ ਅੰਦਰ ਕਈ ਕਮੀਆਂ ਹੈ। ਇਹ ਕੁੱਤਾ ਤਾਂ ਮੇਰੇ ਹੁਕਮ ਨਾਲ ਆਉਂਦਾ ਜਾਂਦਾ, ਪਰ ਮੈਂ ਆਪਣੇ ਮਾਲਿਕ ਦੇ ਹੁਕਮ ਨੂੰ ਕਈ ਵਾਰ ਤੋੜ ਦਿੰਦਾ ਹਾਂ, ਕਈ ਵਾਰ ਮੈਂ ਆਪਣੇ ਮਾਲਿਕ ਦੇ ਹੁਕਮ ਤੋਂ ਬਾਹਰ ਚਲਾ ਜਾਂਦਾ ਹੈ। ਹੁਣ ਆਪ ਹੀ ਦੱਸ, ਇੱਕ ਉਹ ਗੁਲਾਮ ਹੈ ਜੋ ਮਾਲਿਕ ਦੇ ਹੁਕਮ ਅੰਦਰ ਚੱਲਦਾ ਹੈ, ਤੇ ਇੱਕ ਉਹ ਗੁਲਾਮ ਹੈ ਜੋ ਆਪਣੇ ਮਾਲਿਕ ਦੀ ਨਫਰਮਾਨੀ ਕਰਦਾ, ਆਪਣੇ ਮਾਲਿਕ ਦੇ ਹੁਕਮ ਨੂੰ ਪੂਰਾ ਨਹੀਂ ਕਰਦਾ। ਤਾਂ ਹੁਣ ਚੋਪੜੀ ਦਾ ਹੱਕਦਾਰ ਕੌਣ ਹੈ, ਦੁੱਧ ਦਾ ਹੱਕਦਾਰ ਕੌਣ ਹੈ, ਤਾਂ ਪਾਣੀ ਦਾ ਹੱਕਦਾਰ ਕੌਣ? ਉਹ ਕਹਿੰਦਾ ਜੀ ਗੱਲ ਤਾਂ ਠੀਕ ਹੈ, ਹੁਣ ਤੁਸੀਂ ਵੀ ਜ਼ਰਾ ਸੋਚੋ। ਇੱਥੇ ਤੁਹਾਨੂੰ ਵੀ ਇਹ ਸਵਾਲ ਕਰਾਂਗੇ ਕਿ ਤੁਸੀਂ ਵੀ ਚੋਪੜੀਆਂ ਖਾਂਦੇ ਹੋ, ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦੇ ਹੋ, ਅੱਜ ਵੀ ਬਹੁਤ ਕੁਛ ਖਾਧਾ, ਗੋਲ ਗੱਪੇ ਖਾਧੇ, ਛੋਲੇ ਪੂਰੀਆਂ, ਸ਼ਾਇਦ ਕਿੰਨਾ ਕੁਛ ਖਾਧਾ ਤੁਸੀਂ, ਪਰ ਸ਼ੁਕਰ ਕੀਤਾ ਕਿ ਨਹੀਂ? ਬੋਲੋ, ਸਮਝਦੇ ਹੋ ਕਿ ਨਹੀਂ? ਤਾਂ ਜੇ ਅਸੀਂ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਖਾ ਪੀ ਕੇ ਸ਼ੁਕਰ ਨਹੀਂ ਕਰਦੇ, ਉਹਦਾ ਸਿਮਰਨ ਨਹੀਂ ਕਰਦੇ, ਉਹਦੇ ਹੁਕਮ ਅੰਦਰ ਨਹੀਂ ਚੱਲਦੇ, ਤਾਂ ਫਿਰ ਸਾਡੇ ਨਾਲ ਤਾਂ ਕੁੱਤੇ ਚੰਗੇ ਆ। ਫਿਰ ਤਾਂ ਕਹਿੰਦੇ ਆ ਇਹ ਭੋਜਨ ਦੇ ਹੱਕਦਾਰ ਅਸੀਂ ਨਹੀਂ ਆ, ਇਹ ਭੋਜਨ ਦੇ ਹੱਕਦਾਰ ਉਹ ਕੁੱਤੇ ਹੈ ਜਿਹੜੇ ਆਪਣੇ ਮਾਲਿਕ ਦੇ ਘਰ ਦੀ ਰਾਖੀ ਕਰਦੇ, ਆਪਣੇ ਮਾਲਿਕ ਦੇ ਪ੍ਰਤੀ ਵਫਾਦਾਰ। ਜੇ ਤੁਸੀਂ ਵੀ ਆਪਣੇ ਮਾਲਿਕ ਦੀਆਂ, ਆਪਣੇ ਰੱਬ ਦੇ ਘਰ ਦੀਆਂ ਦਾਤਾਂ ਖਾਂਦੇ ਹੋ, ਤਾਂ ਉਹਦੇ ਪ੍ਰਤੀ ਵਫਾਦਾਰ ਵੀ ਬਣ ਕੇ ਦਿਖਾਓ। ਕਿਉਂਕਿ ਉਹੀ ਜਿੱਦਾਂ ਗੁਰਬਾਣੀ ਦੇ ਅੰਦਰ ਵੀ ਆਇਆ ਹੈ ਕਿ ਸੋ ਕਿਉਂ ਵਿਸਰੇ ਜਿਹਨੇ ਸਭ ਕੁਛ ਦਿਆ, ਸੋ ਕਿਉਂ ਵਿਸਰੇ ਜਿਹਨੇ ਜੀਵਨ, ਪਰ ਅਸੀਂ ਵਿਸਰ ਗਏ ਜਿਹੜਾ ਸਾਨੂੰ ਸਭ ਕੁਛ ਦੇ ਰਿਹਾ ਹੈ। ਇਸ ਲਈ ਫਕੀਰ ਕਹਿੰਦੇ ਇਹ ਕੁੱਤੇ ਨੂੰ ਤਾਂ ਦੁੱਧ ਪਿਲਾਉਂਦਾ ਆ ਔਰ ਆਪ ਤਾਂ ਪਾਣੀ ਨਾਲ ਰੋਟੀ ਖਾਂਦਾ ਆ, ਕਿਉਂਕਿ ਇਹ ਆਪਣੇ ਮਾਲਿਕ ਦਾ ਪੂਰਾ ਵਫਾਦਾਰ ਹੈ, ਤਾਂ ਮੈਂ ਹਾਲੇ ਆਪਣੇ ਮਾਲਿਕ ਦਾ ਪੂਰਾ ਵਫਾਦਾਰ ਨਹੀਂ ਬਣਿਆ। ਜਦੋਂ ਮੈਨੂੰ ਲੱਗੇਗਾ ਕਿ ਮੈਂ ਆਪਣੇ ਮਾਲਿਕ ਦਾ ਪੂਰਾ ਵਫਾਦਾਰ ਬਣ ਗਿਆ, ਉਦੋਂ ਦੁੱਧ ਮੈਂ ਪੀਊ ਤਾਂ ਰੋਟੀ ਇਹਨੀ। ਮੇਰਾ ਗੌਰ ਕਰਨਾ, ਇਹ ਬੜੀ ਗਹਿਰੀ ਗੱਲ ਹੈ।
ਹੁਣ ਤੁਸੀਂ ਵੀ ਆਪਣੇ ਜੀਵਨ 'ਚ ਵਿਚਾਰ ਕਰੋ ਕਿ ਅਸੀਂ ਆਪਣੇ ਮਾਲਕ ਦੇ ਵਫ਼ਾਦਾਰ ਹੈ ਜਾਂ ਨਹੀਂ, ਅਸੀਂ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਦੇ ਹਾਂ ਜਾਂ ਨਹੀਂ, ਅਸੀਂ ਆਪਣੇ ਮਾਲਕ ਨੂੰ ਯਾਦ ਕਰਦੇ ਹਾਂ ਜਾਂ ਨਹੀਂ। ਦਾਤਾ ਤਾਂ ਅਸੀਂ ਬਹੁਤ ਮੰਗਦੇ ਹਾਂ, ਮੈਨੂੰ ਇਹ ਮਿਲੇ, ਮੈਨੂੰ ਬਹੁਤ ਮਿਲੇ, ਪਰ ਦਾਤਾ ਲੈਣ ਦੇ ਹੱਕਦਾਰ ਅਸੀਂ ਉਦੋਂ ਹੀ ਬਣਦੇ ਹਾਂ ਜਦੋਂ ਆਪਣੇ ਮਾਲਕ ਦੇ ਹੁਕਮ ਅੰਦਰ ਚੱਲੀਏ, ਉਹਦੀ ਸੇਵਾ ਨਾਲ ਜੁੜੀਏ, ਉਹਦੇ ਸਿਮਰਨ ਨਾਲ ਜੁੜੀਏ, ਨੇਕੀ ਨਾਲ ਜੁੜੀਏ, ਫਿਰ ਅਸੀਂ ਆਪਣੇ ਮਾਲਕ ਦੇ ਵਫ਼ਾਦਾਰ ਬਣਦੇ ਹਾਂ। ਇਸ ਲਈ ਆਪਣੇ ਮਾਲਕ ਦੇ ਵਫ਼ਾਦਾਰ ਬਣੀਏ ਤਾਂ ਫਿਰ ਹੀ ਉਹਦੀਆਂ ਦਾਤਾਂ ਨੂੰ ਮਾਨਣ ਦੇ, ਉਹਦੀਆਂ ਦਾਤਾਂ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਵੀ ਅਸੀਂ ਬਣਦੇ ਹਾਂ। ਸਮਝਣਾ ਜ਼ਰਾ ਸਾਰੇ। ਜਦੋਂ ਇੰਨੀ ਗੱਲ ਫਕੀਰਾਂ ਨੇ ਵਜ਼ੀਰ ਨੂੰ ਕਹੀ ਤਾਂ ਪਹਿਲਾਂ ਤਾਂ ਵਜ਼ੀਰ ਖੜਾ ਸੀ, ਪਰ ਇਹ ਫਕੀਰਾਂ ਦੀ ਗੱਲ ਸੁਣ ਕੇ ਉਹਨਾਂ ਆਪਣਾ ਸਿਰ ਫਕੀਰਾਂ ਦੇ ਚਰਨਾਂ 'ਚ ਰੱਖ ਦਿੱਤਾ। ਕਹਿੰਦਾ ਮਹਾਰਾਜ ਅੱਜ ਪਤਾ ਲੱਗਾ ਫਕੀਰੀ ਕਿਹਨੂੰ ਕਹਿੰਦੇ। ਫਕੀਰ ਕਹਿੰਦੇ ਜਾ ਫਿਰ, ਦੇਖੋ ਸਮਾਂ ਘੱਟ ਹੈ, ਮਿਲ ਜਾ ਕੇ ਰਾਜੇ ਨੂੰ, ਔਰ ਤੇਰੀ ਇੱਛਾ ਹੈ ਅੱਧਾ ਰਾਜਾ ਲੈ ਲਾ। ਹੁਣ ਵਜ਼ੀਰ ਸੋਚਦਾ ਜਾ ਰਿਹਾ ਹੈ, ਸੋਚਦਾ ਜਾ ਰਿਹਾ ਹੈ, ਪਹੁੰਚ ਗਿਆ ਰਾਜੇ ਦੇ ਸਾਹਮਣੇ, ਪਰ ਮਨ ਦੇ ਵਿੱਚ ਉਹੀ ਹੈ ਕਿ ਫਕੀਰਾਂ ਨੇ ਕਿਹਾ ਸੀ ਇੱਛਾ ਬੰਦੇ ਦੀ ਸਭ ਤੋਂ ਬੜੀ ਕਮਜ਼ੋਰੀ ਹੈ, ਜੋ ਬੰਦੇ ਨੂੰ ਗਿਰਾ ਦਿੰਦੀ ਹੈ। ਅੱਜ ਮੈਂ ਵੀ ਇੱਕ ਇੱਛਾ ਬਦਲੇ ਇੰਨਾ ਗਿਰਿਆ ਹੋਇਆ ਕੰਮ ਕੀਤਾ। ਰਾਜੇ ਨੂੰ ਤਿੰਨਾਂ ਸਵਾਲਾਂ ਦੇ ਜਵਾਬ ਦਿੱਤੇ, ਰਾਜਾ ਖੁਸ਼ ਹੋ ਗਿਆ, ਉਹ ਪਟਾ ਦਿੱਤਾ ਵਜ਼ੀਰ ਨੂੰ ਕਿ ਲੈ ਅੱਜ ਤੋਂ ਅੱਧਾ ਰਾਜਾ ਤੇਰਾ, ਕਰ ਜਾ ਕੇ ਆਪਣੇ ਜੀਵਨ 'ਚ ਐਸ਼ ਆਰਾਮ, ਜੋ ਤੂੰ ਸੋਚਿਆ ਸੀ ਪੂਰਾ ਕਰ ਆਪਣੀ ਸੋਚ ਨੂੰ। ਵਜ਼ੀਰ ਨੇ ਪਟਾ ਲਿਆ, ਪੜਿਆ, ਕਈ ਵਾਰ ਦੇਖਿਆ, ਫਿਰ ਉਹਦੀ ਅੱਖਾਂ 'ਚ ਪਾਣੀ ਆ ਗਿਆ ਔਰ ਉਹਨਾਂ ਪਟਾ ਪਾੜ ਕੇ ਉੱਥੇ ਸੁੱਟ ਦਿੱਤਾ, ਸੁੱਟ ਦਿੱਤਾ ਪਟਾ। ਤਾਂ ਰਾਜੇ ਨੇ ਕਿਹਾ ਵਜ਼ੀਰ ਇਹ ਕੀ, ਉਹ ਜਿਹੜੀ ਚੀਜ਼ ਦਾ ਤੂੰ ਸੁਪਨਾ ਦੇਖਦਾ ਸੀ, ਜਿਹੜੀ ਚੀਜ਼ ਬਾਰੇ ਸੋਚਦਾ ਸੀ, ਅੱਜ ਉਹ ਪੂਰੀ ਹੋਈ ਤਾਂ ਅੱਜ ਪਾੜ ਦਿੱਤੀ ਅੱਖਾਂ 'ਚ ਪਾਣੀ, ਕਾਰਨ ਕੀ ਹੈ? ਵਜ਼ੀਰ ਕਹਿੰਦੇ ਅੱਖਾਂ 'ਚ ਪਾਣੀ ਇਸ ਲਈ ਆਪਣੀ ਨਾ ਸਮਝੀ ਤੇ ਮੈਂ ਕਿੰਨੀ ਵੱਡੀ ਮੂਰਖਤਾ ਕਰ ਰਿਹਾ ਸੀ ਇਸ ਧਨ ਵਾਸਤੇ, ਇਸ ਜ਼ਮੀਨ ਵਾਸਤੇ ਜਿਹਨੂੰ ਮੈਂ ਇੱਕ ਦਿਨ ਛੱਡ ਜਾਣਾ, ਇੰਨਾ ਗਿਰ ਗਿਆ ਮੈਂ, ਕਿਤੇ ਦਾ ਜੂਠਾ ਦੁੱਧ ਪੀ ਲਿਆ, ਪਰ ਮਹਾਰਾਜ ਪਾੜ ਕੇ ਇਸ ਲਈ ਸੁੱਟ ਦਿੱਤਾ ਕਿ ਮੈਨੂੰ ਆਪਣੇ ਮੁਰਸ਼ਦ ਉਹ ਫਕੀਰ ਜਿਹਨਾਂ ਨੂੰ ਮੈਂ ਹੁਣ ਗੁਰੂ ਮੰਨ ਚੁੱਕਾ ਹਾਂ, ਉਹਨਾਂ ਦੀ ਗੱਲ ਯਾਦ ਆ ਗਈ ਕਿ ਉਹਨਾਂ ਨੇ ਕਿਹਾ ਸੀ ਸਾਨੂੰ ਹੀ ਪਟਾ ਮਿਲਿਆ ਸੀ ਪਾੜ ਕੇ ਸੁੱਟ ਕੇ, ਅਸੀਂ ਸੱਚੇ ਧਨ ਨੂੰ ਪਕੜ ਲਿਆ, ਹੁਣ ਮੈਂ ਵੀ ਇਹ ਝੂਠੇ ਧਨ ਪਿੱਛੇ ਜ਼ਿੰਦਗੀ ਖਰਾਬ ਕਰ ਲਈ, ਹੁਣ ਮੈਂ ਵੀ ਜਾ ਰਿਹਾ ਆਪਣੇ ਮੁਰਸ਼ਦ ਦੇ ਕੋਲ ਤਾਂ ਕਿ ਮੈਨੂੰ ਸੱਚਾ ਧਨ ਮਿਲੇ, ਇਹ ਆਪਣੀ ਜ਼ਮੀਨ ਆਪਣਾ ਰਾਜ ਆਪਣੇ ਕੋਲ ਰੱਖੋ, ਹੁਣ ਮੈਂ ਜਾ ਰਿਹਾ ਆਪਣੇ ਪ੍ਰਭੂ ਦਾ ਰਾਜ ਹਾਸਲ ਕਰਨ ਵਾਸਤੇ, ਉਹ ਰਾਜ ਜਿਹੜਾ ਕਦੀ ਮਿਟਦਾ ਨਹੀਂ ਹੈ, ਜਿੱਥੇ ਮੈਂ ਸਦਾ ਰਹਿਣਾ ਹੈ। ਔਰ ਤੁਰ ਪਿਆ ਵਜ਼ੀਰ, ਬਾਦਸ਼ਾਹ ਦੇਖਦਾ ਰਹਿ ਗਿਆ। ਫਿਰ ਵਜ਼ੀਰ ਪਹੁੰਚ ਗਿਆ ਫਕੀਰਾਂ ਦੇ ਕੋਲ, ਤਾਂ ਫਕੀਰ ਹੱਸੇ, ਅੱਧਾ ਰਾਜਿਆ ਨਹੀਂ ਲਿਆ, ਵਾਪਸ ਆ ਗਿਆ ਕਿਉਂ? ਉਹ ਕਹਿੰਦਾ ਜੀ ਅੱਧੇ ਨੂੰ ਕੀ ਕਰਨਾ ਜੇ ਮੇਰੇ ਪ੍ਰਭੂ ਦਾ ਪੂਰਾ ਰਾਜਿਆ ਮਿਲਦਾ ਹੋਵੇ, ਹੁਣ ਤਾਂ ਮੈਂ ਆਪਣੇ ਮਾਲਕ ਦਾ ਪੂਰਾ ਰਾਜਿਆ ਹੀ ਪ੍ਰਾਪਤ ਕਰੂੰ, ਹੁਣ ਅੱਧੇ ਦੁਨੀਆਂ ਦੇ ਰਾਜ ਨੂੰ ਕੀ ਕਰਨਾ ਜਿਹਨੂੰ ਇੱਕ ਦਿਨ ਛੱਡ ਹੀ ਜਾਣਾ। ਇਸ ਲਈ ਤੁਹਾਨੂੰ ਕਦੋਂ ਸਮਝ ਆਏਗੀ ਕਿ ਅਸੀਂ ਵੀ ਉਹ ਕਰਮ ਕਰੀਏ ਜਿਹਦੇ ਨਾਲ ਸਾਨੂੰ ਪ੍ਰਭੂ ਦਾ ਰਾਜ ਮਿਲੇ, ਆਪਣੇ ਮਾਲਕ ਦੇ ਘਰ ਦਾ ਰਾਜ ਮਿਲੇ, ਆਪਣੇ ਮਾਲਕ ਦੇ ਘਰ ਦੀਆਂ ਖੁਸ਼ੀਆਂ ਮਿਲਣ, ਅਸੀਂ ਕਦੋਂ ਉਧਰ ਨੂੰ ਕਦਮ ਵਧਾਵਾਂਗੇ? ਸੋ ਹੁਣ ਸਮਾਂ ਕਾਫੀ ਹੋ ਗਿਆ, ਇਸ ਲਈ ਹੁਣ ਆਖਰਲੇ ਵਚਨਾਂ 'ਚ ਇਹੀ ਕਹਾਂਗੇ ਕਿ ਜੇ ਉਸ ਮਾਲਕ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਤਾਂ ਅਸੀਂ ਵੀ ਆਪਣੀਆਂ ਇੱਛਾਵਾਂ ਨੂੰ ਘਟਾਈਏ, ਤਾਂ ਜਿੱਦਾਂ ਦੱਸਿਆ ਇੱਛਾਵਾਂ ਘਟਦੀਆਂ ਜਾਣਗੀਆਂ ਤਾਂ ਸਾਡੇ ਅੰਦਰ ਤਾਕਤ ਮਜ਼ਬੂਤੀ ਆਉਂਦੀ ਜਾਏਗੀ। ਔਰ ਆਪਣੇ ਮਾਲਕ ਦਾ ਸ਼ੁਕਰ ਹਮੇਸ਼ਾ ਕਰੀਏ, ਜੇ ਉਹ ਸਾਨੂੰ ਦਾਤਾਂ ਦੇ ਰਿਹਾ ਹੈ, ਜੇ ਸਾਨੂੰ ਸਭ ਕੁਛ ਉਹ ਦੇਣ ਵਾਲਾ ਹੈ, ਤਾਂ ਉਹਦਾ ਸ਼ੁਕਰਾਨਾ ਕਰਨਾ, ਉਹਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਔਰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠੀਏ, ਸੰਤਾਂ ਦੇ ਵਚਨ ਸੁਣੀਏ, ਕਿਉਂਕਿ ਜਿੱਦਾਂ ਪਹਿਲਾਂ ਹੀ ਦੱਸਿਆ ਸ਼ੁਰੂ 'ਚ ਕਿ ਭੋਜਨ ਖਾਣ ਨਾਲ ਜੀਵਨ 'ਚ ਬਦਲਾਵ ਨਹੀਂ ਆਉਂਦਾ, ਕੱਪੜਾ ਪਾਉਣ ਨਾਲ ਜੀਵਨ 'ਚ ਬਦਲਾਵ ਨਹੀਂ ਆਉਂਦਾ, ਦੁਨੀਆਂ ਦੇ ਪਦਾਰਥਾਂ ਨਾਲ ਜੀਵਨ 'ਚ ਬਦਲਾਵ ਨਹੀਂ ਆਉਂਦਾ, ਬਦਲਾਵ ਆਉਂਦਾ ਤਾਂ ਸੰਤਾਂ ਦੀ ਸੰਗਤ ਦੇ ਨਾਲ, ਸੰਤਾਂ ਦੇ ਕੋਲ ਬੈਠ ਕੇ ਉਹਨੇ ਵਚਨ ਸੁਣ ਕੇ ਹੀ ਸਾਡੇ ਜੀਵਨ 'ਚ ਬਦਲਾਵ ਆਉਂਦਾ ਹੈ, ਕਿਉਂਕਿ ਜਿਸ ਤਰ੍ਹਾਂ ਦੱਸਿਆ ਕਿ ਪਤਾ ਨਹੀਂ ਕਿਹੜੇ ਵਚਨ ਨੇ ਸਾਡੀ ਸੋਚ ਨੂੰ ਬਦਲ ਕੇ ਰੱਖ ਦੇਣਾ। ਇਸ ਲਈ ਸੰਤਾਂ ਕੋਲ ਬੈਠੀਏ, ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਜਿੱਥੋਂ ਸਾਨੂੰ ਸੱਚ ਦਾ ਗਿਆਨ ਮਿਲਦਾ ਹੈ, ਫਿਰ ਹੀ ਸਾਡਾ ਜੀਵਨ ਬਦਲੇਗਾ ਔਰ ਫਿਰ ਹੀ ਸਾਡੇ ਜੀਵਨ 'ਚ ਖੁਸ਼ੀਆਂ ਆਉਣਗੀਆਂ। ਸੋ ਕਿਹੜਾ ਕਿਹੜਾ ਜੀਵ ਚਾਹੁੰਦਾ ਸਾਡੇ ਜੀਵਨ 'ਚ ਖੁਸ਼ੀਆਂ ਆਵੇ? ਸਾਰੇ ਚਾਹੁੰਦੇ ਹੋ ਨਾ? ਤਾਂ ਫਿਰ ਉਹ ਕਰਮ ਕਰੋ ਜਿਹਦੇ ਨਾਲ ਖੁਸ਼ੀ ਜੁੜੀ ਹੋਈ ਹੈ। ਬੋਲੋ, ਸਮਝਦੇ ਹੋ? ਜਿੱਦਾਂ ਕੋਈ ਬੰਦਾ ਕਹਿੰਦਾ ਮੈਨੂੰ ਖੁਸ਼ਬੂ ਚਾਹੀਦੀ ਹੈ, ਤਾਂ ਖੁਸ਼ਬੂ ਲਿਆਉਣ ਵਾਸਤੇ ਸਾਨੂੰ ਉਹ ਚੀਜ਼ ਨਾਲ ਜੁੜਨਾ ਪਏਗਾ ਜਿਹਦੇ ਨਾਲ ਖੁਸ਼ਬੂ ਜੁੜੀ ਹੋਈ ਹੈ। ਫੁੱਲਾਂ ਨਾਲ ਜੁੜਨਾ ਪਏਗਾ, ਅਗਰਬੱਤੀ ਲਾਣੀ ਪਏਗੀ, ਸੈਂਟ ਲਾਣਾ ਪਏਗਾ ਤਾਂ ਕਿ ਖੁਸ਼ਬੂ ਆਵੇ। ਇਸੇ ਤਰ੍ਹਾਂ ਜੇ ਖੁਸ਼ੀਆਂ ਚਾਹੁੰਦੇ ਹਾਂ, ਮਾਲਕ ਦੀ ਰਹਿਮਤ ਚਾਹੁੰਦੇ ਹਾਂ, ਤਾਂ ਸਾਨੂੰ ਫਕੀਰਾਂ ਨਾਲ ਜੁੜਨਾ ਪਏਗਾ, ਸੰਤਾਂ ਨਾਲ ਜੁੜਨਾ ਪਏਗਾ, ਕਿਉਂਕਿ ਜਿੱਦਾਂ ਫੁੱਲਾਂ ਵਿੱਚ ਖੁਸ਼ਬੂ ਵਸੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਰਹਿਮਤ ਫਕੀਰਾਂ ਦੀ ਸੰਗਤ 'ਚ ਮਿਲਦੀ ਹੈ, ਫਕੀਰਾਂ ਦੀ ਸੋਭਤ 'ਚ ਮਿਲਦੀ ਹੈ। ਇਸ ਲਈ ਫਕੀਰਾਂ ਨਾਲ ਜੁੜ ਜਾਵਾਂਗੇ ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਆਉਣਗੀਆਂ, ਫਿਰ ਸਾਡੇ ਜੀਵਨ 'ਚ ਕਾਮਯਾਬੀ ਆਏਗੀ, ਫਿਰ ਸਾਡੇ ਜੀਵਨ 'ਚ ਸਫਲਤਾ ਆਏਗੀ। ਸੋ ਆਓ ਸਤਸੰਗ ਨਾਲ ਜੁੜੋ, ਉਸ ਮਾਲਕ ਦੇ ਸ਼ਬਦ ਨਾਲ ਜੁੜੋ, ਤਾਂ ਕਿ ਸਾਡਾ ਇਹ ਜੀਵਨ ਬਦਲੇ ਔਰ ਸਾਡੀ ਜ਼ਿੰਦਗੀ 'ਚ ਉਹ ਆਨੰਦ ਆ ਜਾਵੇ ਜਿਸ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਇਹ ਜ਼ਿੰਦਗੀ, ਸਾਨੂੰ ਇਹ ਜੀਵਨ ਮਿਲਿਆ ਹੈ। ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਦੱਸਣਾ ਚਾਹਾਂਗੇ ਕਿ ਇਹ ਪ੍ਰਭਾਤ ਫੇਰੀਆਂ
ਤੁਹਾਨੂੰ ਜਿਹਦਾ ਦੱਸਿਆ ਹੀ ਹੈ ਕਿ 1 ਔਰ 2 ਅਕਤੂਬਰ ਯਾਨੀ 2 ਅਕਤੂਬਰ ਬੜੇ ਮਾਲਕਾਂ ਦਾ ਬੀਬੀ ਹਜ਼ੂਰ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ ਆ ਰਿਹਾ ਹੈ ਜਿਹਦੀ ਖੁਸ਼ੀ ਵਿੱਚ ਅੱਜ ਇਹ 3ਰੀ ਪ੍ਰਭਾਤ ਫੇਰੀ ਇਸ ਨਗਰ 'ਚ ਪਹੁੰਚੀ ਹੈ। ਹੁਣ ਅਗਲੀਆਂ ਪ੍ਰਭਾਤ ਫੇਰੀਆਂ ਵੀ ਕੱਲ੍ਹ ਪਰਸੋਂ ਯਾਨੀ ਲਗਾਤਾਰ 1 ਤਰੀਕ ਤੱਕ ਪ੍ਰਭਾਤ ਫੇਰੀਆਂ ਚੱਲਣੀਆਂ ਹੈ। ਜਿੱਦਾਂ ਅੱਜ ਪਹੁੰਚੇ ਹੋ ਇਹ ਸਤਸੰਗ ਦਾ ਆਨੰਦ ਮਾਣਿਆ, ਪ੍ਰਭਾਤ ਫੇਰੀਆਂ ਦਾ ਆਨੰਦ ਮਾਣਿਆ, ਤੁਹਾਡੇ ਨਜ਼ਦੀਕ ਨਜ਼ਦੀਕ ਹੋਰ ਵੀ ਪ੍ਰਭਾਤ ਫੇਰੀਆਂ ਹੈ ਉੱਥੇ ਵੀ ਪਹੁੰਚ ਕੇ ਆਪਣੇ ਜੀਵਨ ਨੂੰ ਉਸ ਗਿਆਨ ਦੇ ਨਾਲ ਭਰਪੂਰ ਕਰੋ ਜਿਹਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ। ਜੇ ਮਾਲਕ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਮੌਕਾ ਆਪਣੇ ਹੱਥੋਂ ਨਾ ਗਵਾਓ। ਇਹ ਯਾਦ ਰੱਖੋ ਕਿ ਪ੍ਰਭਾਤ ਫੇਰੀਆਂ 'ਚ ਸ਼ਾਮਿਲ ਹੋਵੋ ਔਰ ਉਸਦੇ ਨਾਲ ਨਾਲ 1 ਤਰੀਕ ਔਰ 2 ਤਰੀਕ ਨੂੰ ਦਰਬਾਰ 'ਤੇ ਪਹੁੰਚੋ। ਜੇ 1 ਨੂੰ ਸਵੇਰੇ ਆ ਜਾਵੋ ਤਾਂ ਸਵੇਰ ਦੀ ਪ੍ਰਭਾਤ ਫੇਰੀ ਦਾ ਆਨੰਦ ਵੀ ਲੈ ਸਕਦੇ ਹੋ, ਦੁਪਹਿਰ ਦੀ ਰੱਥ ਯਾਤਰਾ ਦਾ ਆਨੰਦ ਵੀ ਲੈ ਸਕਦੇ ਹੋ, ਰਾਤ ਦੇ ਸਤਸੰਗ ਦਾ ਆਨੰਦ ਵੀ ਲੈ ਸਕਦੇ ਹੋ, ਔਰ ਫਿਰ ਕੁਛ ਕਲਾਕਾਰ ਵੀ ਆ ਰਹੇ ਮਾਲਕ ਦਾ ਗੁਣਗਾਨ ਕਰਨ ਵਾਸਤੇ, ਉਹਨਾਂ ਦਾ ਵੀ ਆਨੰਦ ਤੁਸੀਂ ਲੈ ਸਕਦੇ ਹੋ ਉਹਨਾਂ ਦੇ ਸ਼ਬਦਾਂ ਦਾ। ਔਰ ਫਿਰ ਰਾਤ ਰੋਕ ਕੇ ਮਾਲਕ ਦੇ ਚਰਨਾਂ 'ਚ ਜਿੱਥੇ ਕਿ ਸੰਗਤ ਦੇ ਰਹਿਣ ਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ, ਤੁਸੀਂ ਨਿਸ਼ਚਿੰਤ ਹੋ ਕੇ ਉੱਥੇ ਆ ਸਕਦੇ ਹੋ, ਰਹਿ ਸਕਦੇ ਹੋ ਔਰ ਇਹ ਖੁਸ਼ੀ ਦਾ ਆਨੰਦ ਮਾਣ ਸਕਦੇ ਹੋ। ਫਿਰ 2 ਤਰੀਕ ਸਵੇਰੇ ਨਿਸ਼ਾਨ ਸਾਹਿਬ ਦੀ ਚੜ੍ਹਾਈ ਵੀ ਹੈ ਔਰ ਫਿਰ ਉਹਦੇ ਨਾਲ ਨਾਲ ਮੈਡੀਕਲ ਕੈਂਪ ਵੀ ਦਰਬਾਰ 'ਤੇ ਲਾਇਆ ਜਾ ਰਿਹਾ ਹੈ, ਜਿਸ 'ਚ ਕੈਂਸਰ ਦੇ ਜਾਂ ਹਾਰਟ ਦੇ ਜਾਂ ਹੋਰ ਬਾਡੀ ਦੇ ਜਿੰਨੇ ਵੀ ਰੋਗ ਹੈ ਉਹਨਾਂ ਦਾ ਉਹ ਚੈੱਕਅਪ ਫ੍ਰੀ ਹੋਏਗਾ ਜਿਨ੍ਹਾਂ ਦੇ ਹਸਪੀਟਲਾਂ 'ਚ ਬੜੇ ਬੜੇ ਖਰਚੇ ਲਏ ਜਾਂਦੇ ਆ। ਔਰ ਕਈ ਗਰੀਬ ਤਾਂ ਦੇਖਿਆ ਹੈ ਕਿ ਟੈਸਟਾਂ ਦਾ ਖਰਚਾ ਸੁਣ ਕੇ ਟੈਸਟ ਨਹੀਂ ਕਰਵਾ ਪਾਉਂਦੇ, ਉਹ ਫ੍ਰੀ ਟੈਸਟ ਉੱਥੇ ਕੀਤੇ ਜਾਣਗੇ, ਫ੍ਰੀ ਮੈਡੀਸਨ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਉਹ 2 ਤਰੀਕ ਬੜੇ ਮਾਲਕਾਂ ਦੇ ਔਰ ਬੀਬੀ ਹਜ਼ੂਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਉਹ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ 'ਚ ਡਾਕਟਰਾਂ ਦੀ ਟੀਮ ਆਏਗੀ, ਪੂਰੀ ਬਾਡੀ ਦੇ ਜੋ ਵੀ ਰੋਗ ਹੈ ਉਹਨਾਂ ਦਾ ਚੈੱਕਅਪ ਕੀਤਾ ਜਾਏਗਾ, ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ, ਉਹਦਾ ਵੀ ਲਾਭ ਤੁਸੀਂ ਲੈ ਸਕਦੇ ਹੋ। ਔਰ ਤੁਹਾਡੇ ਨਜ਼ਦੀਕ ਕੋਈ ਐਸਾ ਗਰੀਬ ਹੈ ਜਿਹੜਾ ਕਿਸੇ ਦੁੱਖ ਨਾਲ ਪੀੜਿਤ ਹੈ ਪਰ ਉਹਦੇ ਕੋਲ ਪੈਸਾ ਨਹੀਂ ਹੈ ਇਲਾਜ ਕਰਨ ਵਾਸਤੇ, ਉਹਨੂੰ ਵੀ ਸੰਦੇਸ਼ ਦੇ ਸਕਦੇ ਹੋ ਕਿ ਭਾਈ ਉੱਥੇ ਜਾ, ਫ੍ਰੀ ਚੈੱਕਅਪ ਹੋਏਗਾ, ਫ੍ਰੀ ਦਵਾਈਆਂ ਮਿਲਣਗੀਆਂ। ਔਰ ਡਾਕਟਰ ਵੀ ਕੋਈ ਮਾੜੇ ਮੋਟੇ ਨਹੀਂ ਹੈ, ਅੱਛੀ ਟੀਮ ਹੈ ਡਾਕਟਰਾਂ ਦੀ, ਅੱਛੇ ਜਾਣਕਾਰ ਡਾਕਟਰ ਹੈ ਜਿਹੜੇ ਚੈੱਕਅਪ ਕਰਨਗੇ ਔਰ ਫ੍ਰੀ ਦਵਾਈਆਂ ਦੇਣਗੇ। ਔਰ ਫਿਰ ਔਰਤਾਂ ਮਰਦਾਂ ਬੱਚਿਆਂ ਨੂੰ ਕੱਪੜੇ ਵੀ ਦਿੱਤੇ ਜਾਣਗੇ ਦਰਬਾਰ ਦੀ ਤਰਫੋਂ ਜੋ ਗਰੀਬ ਹੈ, ਕਿਉਂਕਿ ਕਈ ਜੀਵ ਦੇਖਿਆ ਹੈ ਉਹ ਤਨ 'ਤੇ ਇੱਕੋ ਹੀ ਲਾਂਦੇ ਆ, ਉਹੀ ਧੋਂਦੇ ਤਾਂ ਉਹੀ ਪਾਉਂਦੇ ਆ। ਫਿਰ ਮਾਲਕਾਂ ਜਨਮਦਿਨ ਦੀ ਖੁਸ਼ੀ 'ਚ ਉਹਨਾਂ ਗਰੀਬ ਔਰਤਾਂ ਮਰਦਾਂ ਨੂੰ ਕੱਪੜੇ ਵੀ ਦਿੱਤੇ ਜਾਣਗੇ, ਲੰਗਰ ਵੀ ਮਾਲਕ ਦੇ ਘਰ ਚੱਲਣੇ ਹੈ, ਰਹਿਮਤਾਂ ਦੇ ਲੰਗਰ ਵੀ ਚੱਲਣੇ ਹੈ। ਇਸ ਲਈ ਕੋਸ਼ਿਸ਼ ਕਰੀਏ ਕਿ ਐਡਾ ਵੱਡਾ ਖੁਸ਼ੀਆਂ ਦਿਨ ਆ ਰਿਹਾ ਹੈ ਤਾਂ ਇੱਕ ਦਿਨ ਦਾ ਅਸੀਂ ਟਾਈਮ ਕੱਢੀਏ। ਰਿਸ਼ਤੇਦਾਰਾਂ ਦੇ ਘਰ ਵੀ ਬੁਲਾਵੇ 'ਤੇ ਸ਼ਾਦੀਆਂ ਵਿਆਹਾਂ 'ਚ ਜਾਂਦੇ ਹੀ ਹੈ ਅਸੀਂ, ਪਰ ਉੱਥੇ ਤਾਂ ਸਿਰਫ ਰਿਸ਼ਤੇਦਾਰਾਂ ਦੀ ਖੁਸ਼ੀ ਲੈ ਕੇ ਆਉਂਦੇ ਹਾਂ। ਜੇ ਮਾਲਕ ਦੇ ਘਰ 'ਚ ਆਉਂਗੇ ਤਾਂ ਮਾਲਕ ਦੀਆਂ ਖੁਸ਼ੀਆਂ ਤਾਂ ਲਿਆਉਂਗੇ, ਨਾਲ ਨਾਲ ਮਾਲਕ ਦੇ ਘਰ ਦੀਆਂ ਰਹਿਮਤਾਂ ਬਰਕਤਾਂ ਉਹ ਗਿਆਨ ਦੇ ਭੰਡਾਰ ਵੀ ਲੈ ਕੇ ਆਉਂਗੇ ਜਿਨ੍ਹਾਂ ਤੁਹਾਡੇ ਜੀਵਨ ਨੂੰ ਬਦਲ ਕੇ ਰੱਖ ਦੇਣਾ ਹੈ। ਇਹ ਬੜਾ ਖੁਸ਼ੀਆਂ ਦਾ ਸਮਾਂ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਇਹ ਖੁਸ਼ੀ ਦੇ ਮੌਕੇ 'ਚ ਸ਼ਾਮਿਲ ਹੋ ਕੇ ਸਾਡੀਆਂ ਖੁਸ਼ੀਆਂ ਨੂੰ ਕਈ ਗੁਣਾ ਵਧਾ ਦਿਓ, ਕਿਉਂਕਿ ਆਪਣਿਆਂ ਦੇ ਨਾਲ ਹੀ ਇਹ ਖੁਸ਼ੀਆਂ ਚੰਗੀਆਂ ਲੱਗਦੀਆਂ ਹਨ। ਇਸ ਲਈ ਅਸੀਂ ਤੁਹਾਨੂੰ ਸੱਦਾ ਕਿਉਂ ਦੇ ਰਹੇ ਹਾਂ, ਕਿਉਂਕਿ ਤੁਹਾਨੂੰ ਆਪਣਾ ਦਿਲੋਂ ਮੰਨਦੇ ਹਾਂ। ਹੁਣ ਤੁਸੀਂ ਮੰਨਦੇ ਹੋ ਕਿ ਨਹੀਂ ਸਾਨੂੰ ਆਪਣਾ, ਇਹ ਕਿਹੜਾ ਕਿਹੜਾ ਮੰਨਦਾ ਹੱਥ ਖੜਾ ਕਰਕੇ ਦੱਸ ਦਿਓ। ਸਾਰਾ ਪੰਡਾਲ ਕਹਿ ਰਿਹਾ, ਹੁਣ ਆਉਂਗੇ ਕੌਣ ਕੌਣ, ਇਹ ਵੀ ਜਵਾਬ ਦੇ ਦਿਓ, ਆਉਂਗੇ ਕਿ ਨਹੀਂ? ਆ ਜ਼ਰੂਰ ਪਹੁੰਚਣਾ ਸਾਰਿਆਂ ਨੇ, ਕਿਉਂਕਿ ਸਾਨੂੰ ਬੜੀ ਖੁਸ਼ੀ ਹੋਏਗੀ। ਔਰ ਇੱਕ ਵਾਰ ਗੌਰ ਨਾਲ ਦੇਖ ਲਈਏ ਕਿ ਜਿਹੜੇ ਕਹਿ ਰਹੇ ਹੋ ਅੱਜ ਪਹੁੰਚਣਗੇ ਵੀ ਕਿ ਨਹੀਂ, ਆਪਾਂ ਦੇਖਣਾ ਵੀ ਉੱਥੇ। ਫਿਰ ਇਹ ਨਾ ਸੋਚੀਏ ਅਸੀਂ ਭੁੱਲ ਜਾਣਾ, ਸਾਡੀ ਨਜ਼ਰ ਬੜੀ ਤੇਜ਼ ਹੈ, ਇੱਕ ਵਾਰ ਕਿਸੇ ਨੂੰ ਦੇਖ ਲਈਏ ਤਾਂ ਭੁੱਲੀਦਾ ਨਹੀਂ ਅਸੀਂ। ਹੁਣ ਆਹ ਨਜ਼ਰ ਆਉਣੇ ਚਾਹੀਦੇ ਉੱਥੇ ਬੈਠੇ ਸਾਨੂੰ, ਨਹੀਂ ਤਾਂ ਇਹੀ ਕਹਿਣਾ ਸੱਦਾ ਦਿੱਤਾ ਤਾਂ ਫਿਰ ਪਹੁੰਚੇ ਨਹੀਂ। ਚਲੋ ਪਹੁੰਚਣਾ ਸਾਰਿਆਂ ਨੇ ਹੁਮ ਹਮਾ ਕੇ, ਔਰ ਇਹ ਖੁਸ਼ੀਆਂ ਦੇ ਪਲ ਹੈ, ਜਰਾ ਹੁਣ ਮੁਸਕੁਰਾ ਕੇ ਦਿਖਾ ਦਿਓ, ਖੁਸ਼ ਹੋ ਕਿ ਨਹੀਂ, ਆਨੰਦ ਆਇਆ ਜਾਂ ਨਹੀਂ? ਸਤਸੰਗ ਦਾ ਆਨੰਦ ਆਇਆ ਨਾ? ਤਾਂ ਫਿਰ ਜਿਹਨੂੰ ਖੁਸ਼ੀ ਇੱਕ ਵਾਰ ਜ਼ੋਰ ਨਾਲ ਹੱਸ ਕੇ ਦਿਖਾ ਦਿਓ, ਚਾਹੇ ਝੂਠਾ ਹੀ ਹੱਸ ਕੇ ਹੱਸੋ ਜ਼ਰੂਰ। ਹਾਂ, ਔਰ ਇੱਕ ਗੱਲ ਯਾਦ ਰੱਖੋ, ਜੇ ਝੂਠਾ ਵੀ ਹੱਸਾਂਗੇ ਨਾ ਤਾਂ ਖੁਸ਼ੀ ਦੇ ਅੰਦਰ ਉਹ ਤਾਕਤ ਹੈ ਕਿ ਝੂਠੀ ਵੀ ਖੁਸ਼ੀ ਮਨਾਵਾਂਗੇ ਤਾਂ ਸੱਚੀ ਬਣ ਜਾਏਗਾ। ਇਹ ਤਾਂ ਝੂਠਾ ਹੀ ਹੱਸ ਕੇ ਦੇਖ ਲਓ, ਤੁਹਾਡੇ ਅੰਦਰ ਖੁਸ਼ੀ ਆ ਜਾਏਗਾ। ਸੋ ਇੱਦਾਂ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਚਿਹਰਿਆਂ 'ਤੇ ਸਦਾ ਸਮਾਈਲ ਰੱਖੋ। ਔਰ ਜਿੱਦਾਂ ਦੱਸਿਆ ਹੈ ਕਿ ਕੱਲ੍ਹ ਕਾ ਦਿਨ ਕਿਸਨੇ ਦੇਖਾ ਹੈ, ਆਜ ਕਾ ਦਿਨ ਵੀ ਖੋਏ ਕਿਉਂ, ਜਿਨ ਘੜੀਆਂ ਮੇਂ ਹੱਸ ਸਕਦੇ ਹੈ ਉਨ ਘੜੀਆਂ ਮੇਂ ਕਿਉਂ ਰੋਣਾ, ਆਓ ਹੱਸੀਏ, ਖੁਸ਼ੀ ਦਾ ਵੇਲਾ ਹੈ। ਇਹ ਜ਼ਿੰਦਗੀ ਉਸ ਰੱਬ ਨੇ ਦਿੱਤੀ ਹੈ, ਮਾਲਕ ਨੇ ਦਿੱਤੀ ਹੈ, ਤਾਂ ਸ਼ੁਕਰ ਕਰੀਏ ਉਸ ਮਾਲਕ ਦਾ ਔਰ ਇਹ ਜ਼ਿੰਦਗੀ ਨੂੰ ਖੁਸ਼ੀ ਦੇ ਨਾਲ ਗੁਜ਼ਾਰੀਏ। ਆਪਣੇ ਮਾਲਕ 'ਤੇ ਵਿਸ਼ਵਾਸ ਰੱਖੀਏ, ਜੇ ਮੇਰਾ ਮਾਲਕ ਮੇਰੇ ਨਾਲ ਹੈ ਕਾਹਦੀ ਚਿੰਤਾ ਮੈਨੂੰ, ਬਸ ਇਹੀ ਭਾਵਨਾ ਸਾਡੇ ਸਾਰਿਆਂ ਦੇ ਅੰਦਰ ਹੋਣੀ ਚਾਹੀਦੀ ਹੈ। ਸੋ ਆਓ ਜੀਵਨ ਨੂੰ ਆਨੰਦਮੇ ਬਣਾਈਏ ਔਰ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਈਏ। ਹੁਣ ਇਹਨਾਂ ਵਚਨਾਂ ਨਾਲ ਹੀ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ ਸਾਡੇ ਵੱਲੋਂ।